ਪਰਮ ਸਤਿਕਾਰ ਯੋਗ ਜੁਗੋ ਜੁਗ ਅਟਲ ਵਾਲੀਏ ਦੋ ਜਹਾਨ ਚਵਰ ਤਖਤ ਛਤਰ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗਤ ਜੀਓ ਸਾਹਿਬਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਗੁਰਫਤਿਹ ਸਾਂਝੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਸ ਸੰਸਾਰ ਦੇ ਵਿੱਚ ਜਿੰਨੇ ਵੀ ਦੇਸ਼ ਨੇ, ਉਹਨਾਂ ਦੇਸ਼ਾਂ ਦੇ ਵਿੱਚ ਜਿੰਨੇ ਵੀ ਮਤ ਮਤਾਂਤਰ ਨੇ, ਹਰੇਕ ਮਤ ਦਾ ਹਰੇਕ ਦੇਸ਼ ਦਾ ਆਪਣਾ ਕੋਈ ਨਾ ਕੋਈ ਇਤਿਹਾਸ ਹਿਸਟਰੀ ਹੈ। ਪਰ ਸੰਸਾਰ ਦੇ ਵਿੱਚ ਇੱਕ ਅਜਿਹਾ ਮਤ ਹੈ ਜਿਹਦਾ ਇਤਿਹਾਸ ਸੁਣਦੇ ਸੁਣਦੇ ਮਨੁੱਖ ਨੂੰ ਹੈਰਾਨੀ ਹੋ ਜਾਂਦੀ ਹੈ ਕਿ ਇਸ ਤਰ੍ਹਾਂ ਦਾ ਇਤਿਹਾਸ ਵੀ ਸੰਸਾਰ ਦੇ ਵਿੱਚ ਹੋਇਆਗਾ, ਕਿ ਇਹ ਸੰਸਾਰ ਦੇ ਵਿੱਚ ਅਸਲੀਅਤ ਵਿੱਚ ਵਾਪਰਿਆ ਹੀ ਹੈ। ਅਸੀਂ ਇਹ ਗੱਲ ਕਰ ਰਹੇ ਹਾਂਗੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਦੀ। ਅੱਜ ਦਾ ਦਿਨ ਅੱਠ ਪੋਹ ਦਾ ਦਿਨ ਹੈ। ਅੱਜ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਹੀ ਸੂਰਜ ਚੜ੍ਹਦੇ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਗੁਰੂ ਕੇ ਖਾਲਸੇ ਨੇ, ਉਹਨਾਂ ਨੇ ਮੈਦਾਨੇ ਜੰਗ ਦੇ ਵਿੱਚ ਉਹ ਜ਼ੋਰ ਵਿਖਾਏ, ਉਹ ਯੁੱਧ ਕੀਤਾ ਕਿ ਸੁਣਨ ਵਾਲੇ ਵੀ ਸੁਣ ਕੇ ਹੈਰਾਨ ਹੋ ਜਾਂਦੇ ਨੇ। ਕਹਿੰਦੇ ਆ ਕਿ ਚਮਕੌਰ ਦੀ ਗੜੀ ਦੇ ਵਿੱਚ ਕੇਵਲ 40 ਕੁ ਸਿੰਘ ਨੇ ਤੇ ਇਹਨਾਂ ਨੂੰ ਘੇਰਿਆ ਹੋਇਆ 10 ਲੱਖ ਨੇ। 10 ਲੱਖ ਦੀ ਹਿੰਮਤ ਨਹੀਂ ਕਿ ਇਹਨਾਂ 40 ਤੇ ਟੁੱਟ ਕੇ ਪੈ ਜਾਣ, ਡਰਦੇ ਪਏ ਨੇ। ਕੱਲ ਆਪਾਂ ਸਰਵਣ ਕੀਤਾ ਸੀਗਾ ਆਪਾਂ ਉਸੇ ਇਤਿਹਾਸ ਨੂੰ ਜਿਹਦਾ ਨਾਮ ਹੈ ਸਫ਼ਰੇ ਸ਼ਹਾਦਤ। ਸ਼ਹਾਦਤ ਦਾ ਜੋ ਸਫ਼ਰ ਹੈ, ਕੱਲ ਅਸੀਂ ਵਿਚਾਰ ਸਾਂਝੇ ਕੀਤੇ ਸਤਿਗੁਰਾਂ ਦੀ ਕਿਰਪਾ ਦੇ ਸਦਕਾ। ਆਓ ਉਹਨਾਂ ਵਿਚਾਰਾਂ ਨੂੰ ਲੜੀਵਾਰ ਅੱਗੇ ਤੋਰੀਏ। ਸਭ ਤੋਂ ਪਹਿਲਾਂ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਪਾਤਸ਼ਾਹ ਜੀਓ, ਸਰੀਰ ਕਰਕੇ ਭਾਵੇਂ ਅਸੀਂ ਇੱਥੇ ਹਾਂ, ਪਰ ਸੁਰਤ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਉਸ ਪਾਵਨ ਪਵਿੱਤਰ ਧਰਤੀ ਚਮਕੌਰ ਦੇ ਚੱਲੀਏ, ਜਿੱਥੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਅਨੋਖਾ ਇਤਿਹਾਸ ਸਿਰਜਿਆ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਕੱਲ ਛੱਡਿਆ ਤੇ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਕੀਰਤਪੁਰ ਸਾਹਿਬ ਸਰਸਾ ਪਾਰ ਕਰਨ ਤੋਂ ਬਾਅਦ ਰੋਪੜ ਦੇ ਲਾਗੇ ਨਿਹੰਗ ਕੋਟਲਾ ਖਾਂ ਪਹੁੰਚੇ। ਇੱਥੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ ਵਿੱਚ ਪਏ ਸਨ, ਕਿਉਂਕਿ ਉਹਨਾਂ ਨੂੰ ਸਤਿਗੁਰਾਂ ਨੇ ਦਿੱਲੀ ਤੋਂ ਆ ਰਹੀ ਫੌਜ ਨੂੰ ਰੋਕਣ ਵਾਸਤੇ 100 ਸਿੰਘਾਂ ਦਾ ਜਥਾ ਦੇ ਕੇ ਭੇਜਿਆ ਸੀ।
ਉਹਨਾਂ ਨੇ ਉਸ ਫੌਜ ਨੂੰ ਮਾਰ ਤਾੜ ਕੇ ਭਜਾ ਦਿੱਤਾ ਤੇ ਆਪ ਬਹੁਤ ਜ਼ਿਆਦਾ ਜ਼ਖਮੀ ਹੋਏ। ਪਾਤਸ਼ਾਹ ਨੇ ਉਹਨਾਂ ਨੂੰ ਆਰਾਮ ਕਰਨ ਦਾ ਤੇ ਇਲਾਜ ਕਰਾਉਣ ਦਾ ਹੁਕਮ ਕੀਤਾ ਤੇ ਆਪ ਸਤਿਗੁਰ ਸੱਚੇ ਪਾਤਸ਼ਾਹ ਜੀ ਚਮਕੌਰ ਦੇ ਵੱਲ ਵੱਧ ਰਹੇ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨਾਲ ਕਿੰਨੇ ਸਿੰਘ ਨੇ? 40। ਦੋ ਸਾਹਿਬਜ਼ਾਦੇ ਨੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਪਹਿਲੇ ਹਿੱਸੇ ਵਿੱਚ ਸਤਿਗੁਰੂ ਜੀ, ਵੱਡੇ ਸਾਹਿਬਜ਼ਾਦੇ ਤੇ 40 ਸਿੰਘ, ਦੂਜਾ ਸਾਧ ਸੰਗਤ ਜੀ ਮਾਤਾ ਗੁਜਰੀ ਜੀ ਅਤੇ ਦੋਨੋਂ ਛੋਟੇ ਸਾਹਿਬਜ਼ਾਦੇ। ਸਰਸਾ ਪਾਰ ਕਰਦਿਆਂ ਇਹ ਪਹੁੰਚੇ ਨੇ ਕੁੰਮਾ ਮਾਸ਼ਕੀ ਦੇ ਕੋਲ। ਕੁੰਮਾ ਮਾਸ਼ਕੀ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਸ਼ਰਧਾ ਰੱਖਦਾ। ਸਤਿਗੁਰਾਂ ਦੇ ਪ੍ਰਤੀ ਇਹਦੇ ਮਨ ਦੇ ਵਿੱਚ ਬਹੁਤ ਪ੍ਰੇਮ ਪਿਆਰ ਹੈ। ਇਹਨਾਂ ਨੇ ਗੁਰੂ ਕੇ ਮਾਤਾ ਜੀ ਨੂੰ ਅਤੇ ਗੁਰੂ ਕੇ ਲਾਲਾਂ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਕਿਰਪਾ ਕਰੋ, ਆਪਣੇ ਦਾਸ ਦੇ ਘਰ ਵਿਖੇ ਚਰਨ ਪਾਓ। ਰਾਤ ਮਾਤਾ ਗੁਜਰੀ ਜੀ ਅਤੇ ਦੋਨੋਂ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਕੁੰਮਾ ਮਾਸ਼ਕੀ ਦੇ ਕੋਲ ਰੁਕੇ ਨੇ। ਅਤੇ ਸਾਧ ਸੰਗਤ ਜੀ, ਜਦੋਂ ਛੋਟੇ ਸਾਹਿਬਜ਼ਾਦੇ ਕੁੰਮਾ ਮਾਸ਼ਕੀ ਦੇ ਕੋਲ ਰੁਕੇ, ਉਹੀ ਰਾਤ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਤੇ ਵੱਡੇ ਸਾਹਿਬਜ਼ਾਦੇ ਅਤੇ 40 ਸਿੰਘ ਰੁਕਦੇ ਨੇ ਚਮਕੌਰ ਦੀ ਗੜੀ ਦੇ ਵਿੱਚ। ਸਤਿਗੁਰਾਂ ਦੇ ਮਹਿਲ ਮਾਤਾ ਸਾਹਿਬ ਦੇਵਾ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਭਾਈ ਮਨੀ ਸਿੰਘ ਜੀ ਦੇ ਨਾਲ ਚੱਲ ਪਏ ਨੇ ਹਰਿਦੁਆਰ ਵੱਲ, ਹਰਿਦੁਆਰ ਤੋਂ ਹੁੰਦੇ ਹੋਏ ਦਿੱਲੀ ਦੇ ਵੱਲ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੱਤ ਪੋਹ ਦੀ ਸ਼ਾਮ ਨੂੰ ਜਦੋਂ ਚਮਕੌਰ ਦੀ ਗੜੀ ਦੇ ਲਾਗੇ ਪਹੁੰਚੇ, ਚਮਕੌਰ ਪਿੰਡ ਦੇ ਵਿੱਚ ਪਹੁੰਚੇ। ਸਾਧ ਸੰਗਤ ਜੀ, ਚਮਕੌਰ ਦੀ ਗੜੀ ਦਾ ਮਤਲਬ ਕੀ ਹੈ? ਪੁਰਾਤਨ ਸਮਿਆਂ ਦੇ ਵਿੱਚ ਜਿਹੜੇ ਤਕੜੇ ਜ਼ਿਮੀਂਦਾਰ ਹੁੰਦੇ ਸਨ, ਉਹਨਾਂ ਦੇ ਕੋਲ ਮਾਲ ਡੰਗਰ ਬਹੁਤ ਹੁੰਦਾ ਸੀਗਾ, ਮੱਝਾਂ ਵਗੈਰਾ, ਗਾਵਾਂ ਵਗੈਰਾ। ਉਹ ਮੱਝਾਂ ਗਾਵਾਂ ਦੇ ਰਹਿਣ ਦੀ ਜਿਹੜੀ ਜਗ੍ਹਾ ਸੀ ਆਪਣੇ ਨਿਵਾਸ ਤੋਂ ਅਰਥਾਤ ਪਿੰਡ ਤੋਂ ਕੁਛ ਬਾਹਰ ਰੱਖਦੇ ਸੀਗੇ। ਇਹ ਜਿਹੜੀ ਜਗ੍ਹਾ ਹੁੰਦੀ ਸੀ, ਚਾਰੇ ਪਾਸੇ ਜਿਹੜੀ ਕੰਧ ਹੈਗੇ ਮਿੱਟੀ ਦੀ ਬਹੁਤ ਉੱਚੀ ਕਰਕੇ ਬਣੀ ਹੁੰਦੀ ਸੀ, ਤੇ ਇਸ ਗੜੀ ਨੂੰ, ਇਹ ਕੰਧ ਜਿਹੜੀ ਚੁਫੇਰੇ ਬਣੀ ਹੋਈ ਹੈ, ਇਸ ਨੂੰ ਗੜੀ ਦਾ ਨਾਮ ਦਿੱਤਾ ਜਾਂਦਾ ਸੀ, ਸ਼ਕਲ ਦਿੱਤੀ ਜਾਂਦੀ ਸੀ। ਚਾਰੇ ਪਾਸੇ ਅਟਾਰੀਆਂ ਵੀ ਉੱਚੀ, ਨਿਗਰਾਨੀ ਰੱਖਣ ਨੂੰ ਦਰਵਾਜ਼ੇ ਰੱਖੇ ਹੋਏ ਸਨ। ਇਹ ਜਿਹੜੀ ਸਿਰਫ ਮਿੱਟੀ ਦੀਆਂ ਕੰਧਾਂ ਦੀ ਬਣੀ ਹੋਈ ਹੈ, ਇਸ ਕਰਕੇ ਇਹਨੂੰ ਕੱਚੀ ਗੜੀ ਆਖਿਆ ਜਾਂਦਾ ਸੀ। ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੱਤ ਪੋਹ ਦੀ ਸ਼ਾਮ ਨੂੰ ਪਹੁੰਚੇ ਤਾਂ ਉੱਥੋਂ ਦੀ ਸੰਗਤ ਨੇ, ਉੱਥੋਂ ਦੇ ਪਿੰਡ ਵਾਸੀਆਂ ਨੇ ਤੇ ਉੱਥੇ ਦਾ ਜਿਹੜਾ ਕੱਚੀ ਗੜੀ ਦਾ ਮਾਲਕ ਬੁੱਧੀ ਚੰਦ ਹੈ, ਆ ਕੇ ਸਾਧ ਸੰਗਤ ਜੀ ਸਤਿਗੁਰਾਂ ਨੂੰ ਫਰਿਆਦ ਕਰਦਾ ਹੈ। ਖਬਰ ਸੁਣੀ ਜ਼ਿਮੀਂਦਾਰ ਨੇ, ਮੱਧ ਬਸੇ ਚਮਕੌਰ, ਸੁਣਤ ਬਚਲ ਤਤਕਾਲ ਹੀ ਵਹਿ ਆਇਓ ਉਡਦੌਰ। ਜਦੋਂ ਉਸ ਜ਼ਿਮੀਂਦਾਰ ਨੇ ਸੁਣਿਆ ਕਿ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਚਮਕੌਰ ਦੀ ਧਰਤੀ ਤੇ ਆਏ ਨੇ, ਖਬਰ ਸੁਣਦਾ ਸਾਰ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਨੱਠ ਕੇ ਆ ਗਿਆ। ਹੱਥ ਜੋਰ ਐਸੇ ਕਹਿਓ, ਬੇਨਤੀ ਸੁਣੋ ਕਰਤਾਰ, ਬਸੋ ਮੱਧ ਚਮਕੌਰ ਕੈ ਆਪਣੀ ਕਿਰਪਾ ਧਾਰ। ਉਸ ਜ਼ਿਮੀਂਦਾਰ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਆਪ ਜੀ ਇਸ ਚਮਕੌਰ ਦੀ ਪਿੰਡ ਦੀ ਜਿਹੜੀ ਕੱਚੀ ਗੜੀ ਹੈ ਨਾ, ਇਹਦੇ ਵਿੱਚ ਵਾਸ ਕਰਨਾ ਕਰੋ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਗੜੀ ਦੇ ਵਿੱਚ ਪ੍ਰਵੇਸ਼ ਕਰਨਾ ਮੰਨ ਲਿਆ, ਕਿਉਂਕਿ ਦਿੱਲੀ ਤੋਂ ਵੀ ਸ਼ਾਹੀ ਫੌਜ ਆ ਰਹੀ ਸੀ।
ਪਿੱਛੋਂ ਸੂਬੇ ਸਰਹੰਦ ਦੀ, ਕਸ਼ਮੀਰ ਵਾਲੇ ਦੀ, ਲਾਹੌਰ ਵਾਲੇ ਦੀ, ਬਾਈਧਾਰ ਦੇ ਰਾਜੇ ਨੇ ਗੁੱਜਰ ਰੰਗੜ ਧਾੜਵੀ ਲੁਟੇਰੇ, ਇਹ ਸਾਰੇ ਦੇ ਸਾਰੇ ਸਤਿਗੁਰਾਂ ਦੇ ਪਿੱਛੇ ਆ ਰਹੇ ਸਨ। ਹੁਣ ਸਾਧ ਸੰਗਤ ਜੀ, ਖੁੱਲ੍ਹੇ ਮੈਦਾਨ ਦੇ ਵਿੱਚ 40 ਸਿੰਘ ਕਿੰਨਾ ਚਿਰ ਲੜਨਗੇ? ਇਸ ਸਮੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਯੁੱਧ ਨੀਤੀ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ, ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਉਸ ਕੱਚੀ ਗੜੀ ਦੇ ਵਿੱਚ ਪ੍ਰਵੇਸ਼ ਕਰਨਾ ਮੰਨ ਲਿਆ। ਤਬੈ ਸਵਾਰ ਸਾਹਿਬ ਭਏ ਛਾੜ ਬਾਗ ਕੀ ਠੌਰ, ਸਿੰਘ ਸਾਥ ਸਭ ਹੀ ਲੀਏ ਆਏ ਬਸੇ ਚਮਕੌਰ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਗੜੀ ਦੇ ਵਿੱਚ ਆ ਕੇ ਪ੍ਰਵੇਸ਼ ਕੀਤਾ। ਪਿੰਡ ਦੀ ਜਿਹੜੀ ਸੰਗਤ ਹੈ, ਪਿੰਡ ਦੇ ਜਿਹੜੇ ਰਹਿਣ ਵਾਲੇ ਨੇ, ਉਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੰਨ ਧਨ ਵਸਤਰਾਂ ਦੇ ਨਾਲ ਸੇਵਾ ਕੀਤੀ, ਕਿਉਂਕਿ ਇਹ ਸਤਿਗੁਰਾਂ ਦੇ ਸ਼ਾਗਿਰਦ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹਿਲਾਂ ਵੀ ਇਸ ਚਮਕੌਰ ਦੀ ਗੜੀ ਦੇ ਵਿੱਚ ਰੁਕ ਚੁੱਕੇ ਸਨ, ਜਦੋਂ ਕੁਰੂਕਸ਼ੇਤਰ ਦੇ ਵੱਲੋਂ ਸਤਿਗੁਰ ਸੱਚੇ ਪਾਤਸ਼ਾਹ ਆਏ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਇਹ ਗੜੀ ਦੇ ਵਿੱਚ ਪ੍ਰਵੇਸ਼ ਕਰਦਿਆਂ ਹੀ ਸਿੰਘਾਂ ਨੂੰ ਕੋਲ ਬੁਲਾ ਕੇ ਹਦਾਇਤ ਕੀਤੀ, ਸਮਝਾਉਣਾ ਕੀਤਾ ਕਿ ਸਾਡੇ ਪਿੱਛੇ ਪੂਰੇ ਮੁਗਲਸ ਦੀ ਫੌਜ ਚੜ੍ਹੀ ਆ ਰਹੀ ਹੈ, ਬਾਈਧਾਰ ਦੇ ਪਹਾੜੇ ਰਾਜੇ ਚੜ੍ਹੇ ਆ ਰਹੇ ਨੇ, ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿਸ ਤਰ੍ਹਾਂ ਸਾਡੇ 'ਤੇ ਹਮਲਾ ਕਰਦੇ ਨੇ। ਇਸ ਗੜੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਕਿ ਕਿਹਨੇ ਰਾਤ ਨੂੰ ਕਿੰਨਾ ਚਿਰ ਜਾਗਣਾ, ਕਿਹਨੇ ਕਿੰਨਾ ਚਿਰ ਸੌਣਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਦੀਵਾਨ ਸਜਾਇਆ ਗਿਆ, ਸੌਦਰ ਦੇ ਪਾਠ ਹੋਏ ਨੇ, ਸਾਧ ਸੰਗਤ ਜੀ ਗੁਰਬਾਣੀ ਸ਼ਬਦ ਕੀਰਤਨ ਹੋਏ ਨੇ, ਉਪਰੰਤ ਅਰਦਾਸਾਂ ਸੋਧਿਆ ਗਿਆ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਗੜੀ ਦੇ ਵਿੱਚ ਜਦੋਂ ਉਤਰਦੇ ਨੇ, ਕਵੀ ਦੇ ਜਿਹੜੇ ਖਿਆਲ ਹੁੰਦੇ ਨੇ, ਕੋਈ ਜਿੱਥੇ ਨਹੀਂ ਪਹੁੰਚ ਸਕਦਾ ਕਵੀ ਦੇ ਖਿਆਲ ਉੱਥੇ ਪਹੁੰਚ ਸਕਦੇ ਹੈ। ਇੱਕ ਮੁਸਲਮਾਨ ਕਵੀ ਅੱਲਾ ਯਾਰ ਖਾਂ ਜੋਗੀ ਹੋਇਆ, ਉਹਨਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨਾਲ ਦਿਲੋਂ ਪ੍ਰੇਮ ਹੈਗਾ। ਉਹ ਲਿਖਦਾ ਹੈਗਾ, ਜਿਸ ਦਮ ਹੋਏ ਚਮਕੌਰ ਮੇ ਸਿੰਘੋਂ ਕੇ ਉਤਾਰੇ, ਝੁਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ, ਆਂਖੋਂ ਸੇ ਨਿਕਲਤੇ ਥੇ ਦਲੇਰੋਂ ਕੇ ਸ਼ਰਾਰੇ, ਸਤਿਗੁਰ ਕੇ ਸਿਵਾ ਔਰ ਗਜ਼ਬਨਾਕ ਥੇ ਸਾਰੇ। ਕਹਿੰਦੇ ਜਦੋਂ ਚਮਕੌਰ ਦੀ ਗੜੀ ਦੇ ਵਿੱਚ ਪਹੁੰਚੇ, ਸਿੰਘਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਹੋਇਆ, ਕ੍ਰੋਧ ਆਇਆ ਹੋਇਆ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੇਵਲ ਸ਼ਾਂਤ ਚਿੱਤ ਨੇ, ਬਾਕੀ ਸਾਰੇ ਵੀਰ ਰਸ ਦੇ ਵਿੱਚ ਭਰੇ ਹੋਏ ਨੇ, ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਨੂੰ ਅਤੇ ਪਰਿਵਾਰ ਨੂੰ ਵਿਖੜੇ ਦੇ ਵਿੱਚ ਪਾਉਣ ਵਾਲੇ ਜਿਹੜੇ ਮੁਗਲ ਨੇ, ਉਹਨਾਂ ਦੇ ਅਕਿਰਤ ਘਣਤਾ ਨੂੰ ਤੱਕ ਕੇ, ਉਹਨਾਂ ਦੇ ਝੂਠ ਤਾਏ ਨੂੰ ਤੱਕ ਕੇ, ਕਿਹਨਾਂ ਨੇ ਕਸਮਾਂ ਤੋੜ ਕੇ ਵਾਰ ਕੀਤਾ ਗੁਰੂ ਗੁਰੂ ਪਰਿਵਾਰ ਖਾਲਸੇ 'ਤੇ, ਸਿੰਘ ਬਹੁਤ ਜ਼ਿਆਦਾ ਗੁੱਸੇ ਵਿੱਚ ਸਨ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਸ ਗੜੀ ਦੇ ਵਿੱਚ ਨੇ, ਮੰਨੋ ਜਿਵੇਂ ਕਿਸੇ ਨੇ ਸਤਿਗੁਰਾਂ ਨੂੰ ਸਵਾਲ ਕੀਤਾ। ਅੱਜ ਦੀ ਸਾਧ ਸੰਗਤ ਜੀ ਜੋ ਅਸੀਂ ਵਿਚਾਰ ਕਰਨੀ ਹੈ, ਸਤਿਗੁਰੂ ਕਿਰਪਾ ਕਰਨ, ਅਸੀਂ ਜ਼ਿਆਦਾਤਰ ਕੋਸ਼ਿਸ਼ ਕਰਾਂਗੇ ਕਾਵਿ ਰੂਪ ਦੇ ਵਿੱਚ ਕਰਨ ਦੀ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮੰਨੋ ਕਿਸੇ ਨੇ ਸਵਾਲ ਕੀਤਾ, ਮਹਾਰਾਜ ਆਪਾਂ ਕਿੱਥੇ ਆ ਗਏ ਹਾਂ, ਇਹ ਕਿਹੜੀ ਜਗ੍ਹਾ ਹੈ, ਤਾਂ ਸਤਿਗੁਰ ਸੱਚੇ ਪਾਤਸ਼ਾਹ ਉਸ ਖਿਆਲੀ ਜਵਾਬ ਦਾ, ਸਵਾਲ ਦਾ ਜਵਾਬ ਦੇ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ, ਜਿਸ ਖਿੱਤੇ ਮੇ ਹਮ ਕਹਿਤੇ ਤੇ ਆਨਾ, ਇਹ ਵਹੀ ਜਗ੍ਹਾ ਹੈ, ਕੱਲ ਲੁੱਟ ਕੇ ਜਿਸ ਜਗ੍ਹਾ ਸੇ ਜਾਣਾ, ਇਹ ਵਹੀ ਜਗ੍ਹਾ ਹੈ, ਜਿਸ ਜਾਂ ਪੇ ਹੈ ਬੱਚੋਂ ਕੋ ਕਟਾਨਾ, ਇਹ ਵਹੀ ਜਗ੍ਹਾ ਹੈ,
ਮੱਟੀ ਕਹਿ ਦੇਤੀ ਹੈ ਕਿ ਠਿਕਾਣਾ ਇਹ ਵਹੀ ਜਗ੍ਹਾ ਹੈ। ਅਰਥਾਤ ਭਾਈ ਸਿੰਘੋ, ਜਿਸ ਜਗ੍ਹਾ ਤੇ ਆ ਕੇ ਤੁਸੀਂ ਸ਼ਹੀਦੀਆਂ ਪਾਉਣੀਆਂ, ਆਪਣੇ ਸੀਸ ਕਟਾਉਣੇ ਹੈ, ਧਰਮ ਤੋਂ ਤੁਸੀਂ ਜੀਵਨ ਵਾਰਨਾ ਹੈ, ਇਹ ਚਮਕੌਰ ਦੀ ਉਹ ਗੜੀ ਹੈਗੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅੱਜ ਖਾਲਸੇ ਨੂੰ ਕਹਿੰਦੇ ਆ, ਭਾਈ ਮੈਂ ਕਿਹਾ ਸੀ ਚਿੜੀਓ ਸੇ ਮੈਂ ਬਾਜ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾਊ। ਇਹ ਅੱਜ ਤੁਹਾਡੇ ਪ੍ਰੀਖਿਆ ਦਾ ਸਮੇਂ ਹੈਗਾ ਕਿ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ 40 ਸਿੰਘ, 2 ਸਾਹਿਬਜ਼ਾਦੇ ਅਤੇ ਸਤਿਗੁਰੂ ਜੀ ਖੁਦ ਨੇ, ਅਤੇ ਫੌਜ ਕਿੰਨੀ ਆ ਕੇ ਬਹਿ ਗਈ ਹੈਗੀ? ਪੂਰੀ 10 ਲੱਖ ਆ ਕੇ ਬਹਿ ਗਈ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਸ ਗੜੀ ਦੇ ਵਿੱਚ ਨੇ ਚਾਰੇ ਪਾਸੇ ਫੌਜ ਨੇ ਘੇਰਾ ਪਾਇਆ ਹੋਇਆ ਕਿ ਗੁਰੂ ਆਪਣੇ ਸਿੰਘਾਂ ਦੇ ਨਾਲ ਕਿਤੇ ਲੰਘ ਨਾ ਜਾਵੇ, ਕਿਉਂਕਿ ਸਾਧ ਸੰਗਤ ਜੀ ਪਿਛਲੇ 7-8 ਮਹੀਨਿਆਂ ਤੋਂ ਇਸ ਫੌਜ ਨੇ ਇੰਨੇ ਜ਼ਿਆਦਾ ਦੁੱਖ ਤਕਲੀਫਾਂ ਪਰੇਸ਼ਾਨੀਆਂ ਝੱਲੀਆਂ, ਪਰ ਫਿਰ ਵੀ ਸਤਿਗੁਰਾਂ ਨੂੰ ਫੜ ਨਹੀਂ ਸਕੇ। ਗੜੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਹੁਕਮ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਸਾਰੇ ਸਿੰਘਾਂ ਨੇ ਪ੍ਰਸ਼ਾਦਾ ਛਕਿਆ, ਜਿਹੜਾ ਕਿ ਪਿੰਡ ਵਾਲਿਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਸੇਵਾ ਕੀਤੀ ਸੀ। ਪ੍ਰਸ਼ਾਦਾ ਛਕਣ ਤੋਂ ਬਾਅਦ ਸਾਰੇ ਸਿੰਘ ਆਪਣੀਆਂ ਆਪਣੀਆਂ ਡਿਊਟੀਆਂ ਸੰਭਾਲ ਲਈਆਂ, ਕੁਛ ਜਾਗ ਰਹੇ ਨੇ ਅਤੇ ਕੁਛ ਸੌ ਰਹੇ ਨੇ, ਕਿਉਂਕਿ ਸੌਣ ਵਾਲਿਆਂ ਨੇ ਅੱਧੀ ਰਾਤ ਤੋਂ ਬਾਅਦ ਉੱਠ ਕੇ ਜਾਗਣਾ ਅਤੇ ਜਾਗਣ ਵਾਲਿਆਂ ਨੇ ਫਿਰ ਸੌਣਾ ਹੈਗਾ। ਹੁਣ ਸਾਧ ਸੰਗਤ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਖੇਮੇ ਤੰਬੂ ਦੇ ਵਿੱਚ ਵਿਰਾਜਮਾਨ ਹੋਏ ਨੇ ਅਤੇ ਲੇਟ ਰਹੇ ਨੇ, ਆਰਾਮ ਕਰ ਰਹੇ ਨੇ, ਸੋ ਰਹੇ ਨੇ। ਤਕਰੀਬਨ ਜਦੋਂ 1.5 ਘੜੀ ਰਾਤ ਰਹਿ ਗਈ, ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਾਗ ਖੁੱਲ੍ਹਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਉਸ ਗੜੀ ਦੇ ਵਿੱਚ ਚਾਰੇ ਪਾਸੇ ਘੁੰਮ ਕੇ ਫੇਰਾ ਲਾ ਰਹੇ ਨੇ, ਰੌਂਡ ਲਾ ਰਹੇ ਨੇ। ਜਿਵੇਂ ਸਾਧ ਸੰਗਤ ਜੀ, ਘਰ ਦਾ ਜਿਹੜਾ ਮੁਖੀ ਹੁੰਦਾ ਹੈ ਉਹ ਭਾਵੇਂ ਸੁੱਤਾ ਵੀ ਹੋਵੇ, ਜਦੋਂ ਕੋਈ ਵਿਸ਼ੇਸ਼ ਕਾਰਜ ਹੋਵੇ ਸੁੱਤਾ ਵੀ ਜਾਗਦਾ ਹੀ ਹੁੰਦਾ, ਕਿਉਂਕਿ ਸਾਰਾ ਫਿਕਰ ਹੀ ਉਹਨੂੰ ਹੁੰਦਾ ਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨੇਤਰ ਖੁੱਲ੍ਹੇ। ਇਉਂ ਨਹੀਂ ਕਹਿ ਸਕਦੇ ਕਿ ਸਤਿਗੁਰੂ ਜੀ ਸੁੱਤੇ ਪਏ ਨੇ, ਗੁਰੂ ਤਾਂ ਹਮੇਸ਼ਾ ਹੀ ਜਾਗਦਾ ਹੈ, ਸਤਿਗੁਰ ਜਾਗਦਾ ਹੈ। ਦਿਓ ਸਾਧ ਸੰਗਤ ਜੀ, ਸਰੀਰ ਹੈ, ਸਰੀਰ ਨੂੰ ਤਾਂ ਆਰਾਮ, ਭੋਜਨ ਪਾਣੀ ਸਭ ਦੇਣਾ ਹੀ ਪੈਣਾ ਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨੇਤਰ ਖੁੱਲ੍ਹੇ। ਨੇਤਰ ਖੋਲ੍ਹ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤੱਕਿਆ, ਬਿਲਕੁਲ ਸ਼ਾਂਤ ਟਿਕੀ ਹੋਈ ਰਾਤ ਹੈ, ਬਿਲਕੁਲ ਠੰਡ ਦਾ ਸਮੇਂ, ਠੰਡੀ ਠੰਡੀ ਹਵਾ ਸਰੀਰ ਨੂੰ ਚੀਰਨ ਵਾਲੀ ਚੱਲਦੀ ਪਈ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਤੰਬੂ ਦੇ ਵਿੱਚੋਂ ਨਿਕਲੇ ਅਤੇ ਗੜੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਘੁੰਮ ਰਹੇ ਨੇ। ਅੱਲਾ ਯਾਰ ਖਾਂ ਯੋਗੀ ਸਤਿਗੁਰਾਂ ਦੀ ਕਿਰਪਾ ਸਦਕਾ ਪ੍ਰੇਮ ਦੇ ਵਿੱਚ ਭਿੱਜਿਆ ਹੋਇਆ ਲਿਖਦਾ ਹੈ, ਜਬ 1.5 ਘੜੀ ਰਾਤ ਗਈ ਜਿਕਰੇ ਖੁਦਾ ਮੇ, ਕਿਉਂਕਿ ਗੁਰੂ ਤਾਂ ਹਮੇਸ਼ਾ ਹੀ ਜਾਗਦਾ, ਉਸ ਪਰਮੇਸ਼ਰ ਦੇ ਧਿਆਨ ਦੇ ਵਿੱਚ ਜੁੜਿਆ ਹੋਇਆ ਹੈ। ਖੈਮੇ ਸੇ ਨਿਕਲ ਆਏ ਸਤਿਗੁਰ ਹਵਾ ਮੇ, ਜਬ 1.5 ਘੜੀ ਰਾਤ ਗਈ ਜਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਹੁਆ ਦੁਆ ਮੇ। ਤੁਰਦੇ ਪਏ ਸਤਿਗੁਰ ਜੀ ਗੜੀ ਦੇ ਵਿੱਚ, ਪਰ ਹਿਰਦਾ ਉਸ ਕਰਤਾਰ ਦੇ ਨਾਲ ਜੁੜਿਆ ਹੋਇਆ ਹੈਗਾ, ਨਿਗਰਾਨੀ ਕਰ ਰਹੇ ਨੇ ਗੇ, ਕੋਈ ਅਵੇਸਲਾ ਤਾਂ ਨਹੀਂ ਹੈਗਾ, ਕੋਈ ਡਿਊਟੀ ਤੋਂ ਸਾਧ ਸੰਗਤ ਜੀ ਇੱਧਰ ਉੱਧਰ ਤਾਂ ਨਹੀਂ, ਕਿਸੇ ਦੀ ਅੱਖ ਤਾਂ ਨਹੀਂ ਲੱਗੀ, ਸੌਂ ਤਾਂ ਨਹੀਂ ਗਿਆ। ਕਹਿੰਦੇ ਆ ਗਏ, ਕਦਮੋਂ ਸੇ ਟਹਿਲਦੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਹੂੰ ਖੁਸ਼ ਤੇਰੀ ਰਜਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਹ ਬਰ ਰੂਹ ਹੋ ਕਰ, ਕਲ ਜਾਊਂਗਾ ਚਮਕੌਰ ਸੇ ਮੈਂ ਸੁਰਖ ਰੂਹ ਹੋ ਕਰ। ਮੈਂ ਜਿਹੜਾ ਕਰਜ਼ਾ ਦੇਣਾ ਹੈਗਾ,
ਉਹ ਆ ਕੱਲ ਚਮਕੌਰ ਦੀ ਗੜੀ ਦੇ ਵਿੱਚੋਂ ਮੈਂ ਜਦੋਂ ਸਿੰਘਾਂ ਦੀਆਂ ਸ਼ਹੀਦੀਆਂ ਦੇਵਾਂਗਾ, ਮੈਦਾਨੇ ਜੰਗ ਦੇ ਵਿੱਚ ਪੁੱਤਰਾਂ ਨੂੰ ਸ਼ਹੀਦ ਕਰਾਵਾਂਗਾ, ਉਹ ਕਰਜ਼ਾ ਦੇ ਕੇ ਜਾਵਾਂਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਘੁੰਮਦੇ ਘੁੰਮਦੇ ਆਪਣੇ ਸਿੰਘਾਂ ਦੇ ਕੋਲ ਪਹੁੰਚੇ। ਇਹ ਉਹ ਸਿੰਘ ਨੇ ਜਿਨ੍ਹਾਂ ਨੇ ਸਤਿਗੁਰਾਂ ਦਾ ਸਾਥ ਵਿਖੜੇ ਸਮੇਂ ਵਿੱਚ ਨਹੀਂ ਛੱਡਿਆ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਜੀ ਦੇ ਨਾਲ ਸਾਧ ਸੰਗਤ ਜੀ ਇਹਨਾਂ ਨੇ ਅਖੀਰਲੇ ਸਾਹ ਤੱਕ ਸਾਥ ਨਿਭਾਇਆ। ਉਹ ਵੀ ਸਿੰਘ ਨੇ ਜਿਹੜੇ ਸਾਥ ਨਿਭਾਉਂਦੇ ਨਿਭਾਉਂਦੇ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਗਏ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਪਹੁੰਚਦੇ ਆ ਘੁੰਮਦੇ ਘੁੰਮਦੇ ਵੇਖਿਆ ਕਿ ਸਿੰਘ ਸੁੱਤੇ ਪਏ ਨੇਗੇ, ਕੁਛ ਲੰਮੇ ਪਏ ਨੇਗੇ, ਥਕਾਵਟ ਦੇ ਨਾਲ ਸਰੀਰ ਉਹਨਾਂ ਦੇ ਚੂਰ ਚੂਰ ਹੋਏ ਨੇ। ਇਹ ਉਹ ਸਿੰਘ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੀਆਂ ਖੁਸ਼ੀਆਂ ਤਿਆਗ ਕੇ ਮੇਰੇ ਲਈ ਦੁੱਖ ਚੱਲਣੇ ਸਾਧ ਸੰਗਤ ਜੀ ਮਨਜ਼ੂਰ ਕੀਤੇ। ਸਤਿਗੁਰ ਸੋਚਦੇ ਨੇ, ਇਹ ਦੇਖਤੇ ਹਰ ਏਕ ਕੋ ਗੁਰੂ ਦੀਦ ਇਹ ਤਰਸੇ। ਸਤਿਗੁਰ ਸੱਚੇ ਪਾਤਸ਼ਾਹ ਸਾਰੇ ਸਿੰਘਾਂ ਨੂੰ ਤੱਕਦੇ ਪਏ ਨੇ। ਉਲਫਤ ਕੀ ਨਿਗਾਹੋਂ ਸੇ ਮੁਹੱਬਤ ਕੀ ਨਜ਼ਰ ਸੇ ਬਾਂਧੇ ਹੋਏ ਪਟਕਾ ਪਾਏ ਖਿਦਮਤ ਥੇ ਕਮਰ ਸੇ ਥਾ ਜਾਗਤਾ ਕੋਈ ਤੋ ਸਰਕ ਜਾਤੇ ਥੇ ਸਰ ਸੇ। ਜਦੋਂ ਦੇਖਿਆ ਕਿ ਕੋਈ ਸਿੰਘ ਸੁੱਤਾ ਸੁੱਤਾ ਹਿੱਲ ਗਿਆ, ਸਤਿਗੁਰ ਸੱਚੇ ਪਾਤਸ਼ਾਹ ਆਰਾਮ ਦੇ ਨਾਲ ਇੱਕ ਪਾਸੇ ਹੋ ਜਾਂਦੇ ਸੀ। ਆਪਾਂ ਹੁਣ ਇਹ ਨਹੀਂ ਸੋਚਣਾ ਕਿ ਆਪਾਂ ਚੰਡੀਗੜ੍ਹ ਸੈਕਟਰ 38 ਦੇ ਵਿੱਚ ਬੈਠੇ ਹਾਂ। ਆਪਾਂ ਇਹ ਸੋਚਣਾ ਕਿ ਸਾਡੀ ਸੁਰਤ ਦੇ ਰਾਹੀਂ ਅਸੀਂ ਆਪਣੀ ਸੁਰਤ ਦੇ ਰਾਹੀਂ ਚਮਕੌਰ ਦੀ ਉਸ ਪਵਿੱਤਰ ਧਰਤੀ 'ਤੇ ਚਲੇ ਗਏ ਹਾਂਗੇ, ਕਿਉਂਕਿ ਸਾਧ ਸੰਗਤ ਜੀ ਮਨੁੱਖ ਉੱਥੇ ਹੀ ਹੁੰਦਾ ਜਿੱਥੇ ਉਹਦੀ ਸੁਰਤ ਮੰਨੀ ਜਾਂਦੀ ਹੈ। ਸੁਰਤ ਦੇ ਰਾਹੀਂ ਅਸੀਂ ਉਸ ਪਾਵਨ ਧਰਤੀ ਦੇ ਉੱਤੇ ਪਹੁੰਚਦੇ ਹਾਂ ਸਤਿਗੁਰਾਂ ਦੇ ਚਰਨਾਂ ਵਿੱਚ। ਕਹਿੰਦੇ ਆ ਸਤਿਗੁਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਸਾਰੇ ਗੜੀ ਦਾ ਚੱਕਰ ਲਾ ਰਹੇ ਨੇਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਸਿਫਤ ਕੀਤੀ ਜਾਵੇ ਓਨੀ ਥੋੜ੍ਹੀ ਹੈਗੀ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਿੱਚ ਕੀ ਲਿਖਦੇ ਹੈ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ। ਕਹਿੰਦੇ ਅਕਾਲ ਪੁਰਖ ਪਰਮਾਤਮਾ ਦੀ ਸਹੁੰ ਖਾਨਾ ਮੈਂ, ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ, ਕਹਿੰਦਾ ਮੈਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵੀ ਕਸਮ ਖਾਨਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਸਿਫਤ ਕਰਾਂ ਓਨੀ ਥੋੜ੍ਹੀ ਹੈਗੀ। ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਵੋ ਕਲਮ ਹੈ, ਮੇਰੇ ਹੱਥ ਵਿੱਚ ਉਹ ਕਲਮ ਹੈ ਜਿਹੜਾ ਮੈਂ ਲਿਖਾਂਗਾ, ਰਹਿੰਦੇ ਯੁੱਗਾਂ ਤੱਕ ਲੋਕ ਪੜ੍ਹ ਕੇ ਯਾਦ ਕਰਨਗੇ। ਸਤਿਗੁਰ ਕੇ ਲਿਖੂੰ ਵਸਫ ਕਹਾਂ ਤਾਬੇ ਰਕਮ ਹੈ। ਕਹਿੰਦਾ ਹੈਗਾ ਅੱਲਾ ਯਾਰ ਖਾਂ ਜੋ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਸਿਫਤ ਕਰਾਂ ਮੈਂ ਓਨੇ ਹੀ ਥੋੜ੍ਹੀ ਹੈਗੀ। ਸਤਿਗੁਰ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਜੀਵਨ ਦੇ ਵਿੱਚ ਕਦੇ ਚੈਨ ਨਾਲ ਬੈਠੇ ਹੈ? ਵੈਸੇ ਜਿਹੜਾ ਬੰਦਾ ਧਰਮ 'ਤੇ ਚੱਲਦਾ, ਸੱਚਾਈ 'ਤੇ ਚੱਲਦਾ, ਉਹਨੂੰ ਚੈਨ ਦੇ ਨਾਲ ਸੁੱਖ ਆਰਾਮ ਦੇ ਨਾਲ ਬੈਠਣਾ ਬਹੁਤ ਘੱਟ ਨਸੀਬ ਹੁੰਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਜਾਤੀ ਨੂੰ ਜਿਹੜੇ ਉਸ ਸਮੇਂ ਊਚ ਨੀਚ ਦੇ ਖੱਡਿਆਂ ਵਿੱਚ ਡਿੱਗੇ ਪਏ ਸਨ, ਡਿੱਗੇ ਪਏ ਸਨ, ਉਹਨਾਂ ਸਾਰਿਆਂ ਨੂੰ ਚੁੱਕ ਕੇ ਆਪਣੇ ਹਿੱਕ ਦੇ ਨਾਲ ਲਾਇਆ ਤੇ ਸਾਰਿਆਂ ਨੂੰ ਖਾਲਸੇ ਦਾ ਰੂਪ ਦਿੱਤਾ, ਹੋਰ ਹੋਰ ਆਪਣੇ ਪੁੱਤਰ ਬਣਾ ਦਿੱਤਾ। ਕਹਿੰਦੇ ਆ ਕਿ ਅੱਧਾ ਨੇ ਕਭੀ ਤੁਝਕੋ ਸੰਭਲ ਨਹੀਂ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲ ਨਹੀਂ ਨਾ ਦਿਆ ਥਾ, ਗੁਲਸ਼ਨ ਕੋ ਤੇਰੇ ਫੂਲ ਨੇ ਫਲ ਨਹੀਂ ਨਾ ਦਿਆ ਥਾ, ਕਾਂਟਾ ਦੇ ਲਾਏ ਪਰ ਖੂਹ ਸੇ ਨਿਕਲ ਨਹੀਂ ਨਾ ਦਿਆ ਥਾ। ਸਤਿਗੁਰ ਜੀ ਤੁਹਾਨੂੰ ਕਦੇ ਚੈਨ ਆਇਆ ਗਾ?
ਹਰ ਸਮੇਂ ਤੁਹਾਡੇ ਜੀਵਨ ਦੇ ਵਿੱਚ ਲੜਾਈਆਂ ਝਗੜੇ ਮੈਦਾਨੇ ਜੰਗ ਦੇ ਵੀ ਤਲਵਾਰ ਨਾਲ ਤਲਵਾਰ ਚੱਲਦੀ, ਤੀਰ ਛੂਕਦੇ ਪਏ ਨੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧਰਮ 'ਤੇ ਚੱਲਦੇ, ਸੱਚਾਈ 'ਤੇ ਚੱਲਦੇ, ਇਸੇ ਲਈ ਤਾਂ ਜੀਵਨ ਦੇ ਵਿੱਚ ਇੰਨੇ ਵਿਖੜੇ ਸਮੇਂ ਆਏ ਨੇ। ਕਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਜਿਹੜੇ ਆਰਾਮ ਕਰ ਰਹੇ ਨੇ ਉਹਨਾਂ ਦੇ ਬਾਰੇ ਕੁਛ ਦੋ ਬੋਲ ਲਿਖਦਾ ਪਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਬੜੇ ਪ੍ਰੇਮ ਦੇ ਨਾਲ ਆਪਾਂ ਸਰਵਣ ਕਰਨਾ, ਸਰਵਣ ਕਰਦੇ ਕਰਦੇ ਆਪਾਂ ਉਸੇ ਭਾਵ ਦੇ ਵਿੱਚ ਜੁੜਨਾ, ਜਿਸ ਭਾਵ ਦੇ ਨਾਲ ਅੱਲਾ ਯਾਰ ਖਾਂ ਜੋਗੀ ਲਿਖਦਾ। ਸ਼ਾਇਦ ਅਸੀਂ ਉਸ ਭਾਵ ਦੇ ਨਾਲ ਨਹੀਂ ਜੁੜ ਸਕਾਂਗੇ, ਸਾਡੀ ਉਨੀ ਅਵਸਥਾ ਨਹੀਂ ਹੋਏਗੀ, ਪਰ ਫਿਰ ਵੀ ਕੋਸ਼ਿਸ਼ ਕਰਨੀ ਹੈ ਕਿ ਜੋ ਜੋ ਅਸੀਂ ਸੁਣ ਰਹੇ ਹਾਂ ਆਪਣੇ ਕੰਨਾਂ ਦੇ ਰਾਹੀਂ, ਅਸੀਂ ਉਹ ਸੁਰਤ ਨੂੰ ਉੱਥੇ ਲਿਜਾ ਕੇ ਜੁੜਨ ਦੀ ਕੋਸ਼ਿਸ਼ ਕਰਨੀ ਹੈ। ਸੋਏ ਹੋਏ ਬੱਚੋ ਕੋ ਕਹਾ ਸਰ ਸੇ ਪਕੜ ਕਰ। ਸਾਡੇ ਜਿਹੜੇ ਬੱਚੇ ਹੁੰਦੇ ਨੇ ਨਾ, ਸਕੂਲੇ ਚਲੇ ਜਾਂਦੇ ਆ, ਸਕੂਲ ਦੇ ਟਾਈਮ ਤੋਂ ਅਗਰ 10-15 ਮਿੰਟ ਲੇਟ ਹੋ ਜਾਣਾ ਤੇ ਮਾਂ ਨੂੰ ਪੁੱਛਿਆ ਕਰੋ, ਮਾਂ ਨੂੰ ਦੇਖਿਆ ਕਰੋ, ਉਹਦੀ ਕੀ ਹਾਲਤ ਹੋ ਜਾਂਦੀ ਹੈ। ਮੱਛੀ ਤੋਂ ਵੱਧ ਮਾਂ ਤੜਫਦੀ ਹੈਗੀ, ਮੇਰੇ ਬੱਚੇ ਨਹੀਂ ਆਏ ਹਜੇ, ਲੇਟ ਹੋ ਗਏ ਨੇ। ਖੇਡਣ ਗਿਆ ਬੱਚਾ ਲੇਟ ਹੋ ਜੇ, ਮਾਂ ਤੜਫ ਪੈਂਦੀ ਹੈ, ਉਹਦੀ ਅੱਖਾਂ 'ਚੋਂ ਹੰਝੂ ਨਿਕਲਦੇ ਨੇ। ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਵੱਡੇ ਸਾਹਿਬਜ਼ਾਦਿਆਂ ਦੇ ਕੋਲ ਘੁੰਮਦੇ ਘੁੰਮਦੇ ਪਹੁੰਚੇ। ਇਹ ਉਹ ਉਮਰ ਦੇ ਵਿੱਚ ਪਹੁੰਚਿਆ ਸਾਹਿਬਜ਼ਾਦਾ ਅਜੀਤ ਸਿੰਘ ਜੀ, ਜਦੋਂ ਉਹਨਾਂ ਦੇ ਵਿਆਹ ਦੀ ਉਮਰ ਦੇ ਲਗਭਗ 18 ਸਾਲ ਦੇ ਹੋਏ ਨੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਵਿਆਹ ਦੀ ਬਜਾਏ ਉਹਨਾਂ ਨੂੰ ਸ਼ਹੀਦੀ ਦੇ ਮੈਦਾਨ ਦੇ ਵਿੱਚ ਲੈ ਕੇ ਆਏ ਨੇ। ਸੋਏ ਹੋਏ ਬੱਚੋਂ ਕੇ ਕਹਾ ਸਰ ਕੋ ਪਕੜ ਕਰ, ਚੱਲ ਦੋਗੇ ਅਬ ਅੱਬਾ ਕੋ ਮੁਸੀਬਤ ਮੇ ਜਕੜ ਕਰ, ਥੀ ਜ਼ਿੰਦਗੀ ਲੁਕੀ ਹੋਈ ਕਿਸਮਤ ਨੇ ਉਜੜ ਕਰ, ਫਿਰ ਮਿਲਨੇ ਕਾ ਵਾਦਾ ਤੋ ਕੀਏ ਜਾਓ ਵਿਛੜ ਕਰ। ਹੁਣ ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਘੁੰਮਦੇ ਘੁੰਮਦੇ ਸਾਰੀ ਗੜੀ ਦੇ ਵਿੱਚ ਫੇਰਾ ਲਾ ਰਹੇ ਨੇ। ਕਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਬਾਰੇ ਸੋਚਦਾ ਕੀ ਲਿਖਦਾ ਹੈਗਾ, ਜਬ ਜਬ ਵੀ ਜ਼ਰੂਰਤ ਹੋਈ ਬੰਦੋ ਕੋ ਹਮ ਆਏ। ਇਸ ਧਰਤੀ 'ਤੇ ਜਦੋਂ ਜਦੋਂ ਪਾਪ ਹੁੰਦਾ, ਜਦੋਂ ਜਦੋਂ ਅੱਤਿਆਚਾਰ ਹੁੰਦਾ, ਉਹ ਅਕਾਲ ਪੁਰਖ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਧਰਤੀ 'ਤੇ ਆ ਜਾਂਦਾ। ਕਹਿੰਦੇ ਜਬ ਜਬ ਵੀ ਜ਼ਰੂਰਤ ਹੋਈ ਬੰਦੋ ਕੋ ਹਮ ਆਏ, ਜ਼ਾਲਮ ਕਾ ਕੀਆ ਖਾਤਮਾ ਮਜ਼ਲੂਮ ਬਚਾਏ, ਚਿੜੀਓਂ ਸੇ ਅਗਰ ਚਾਹਾਂ ਤੋ ਫਿਰ ਬਾਜ ਤੁੜਾਏ, ਦੇਖਾਂ ਕਿਸੇ ਹੱਕਦਾਰ ਉਸੇ ਤਖ਼ਤ ਦਿਲਾਏ। ਇਹ ਜਿਹੜੇ ਸ਼ੂਦਰ ਜਿਨ੍ਹਾਂ ਨੂੰ ਕਹਿੰਦੇ ਸਨ ਗਰੀਬ ਨੇ, ਨੀਚ ਜਾਤ ਦੇ ਨੇ, ਇਹਨਾਂ ਦਾ ਕੰਮ ਗੁਲਾਮੀ ਕਰਨਾ ਹੈ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਦਿੱਤੀਆਂ ਨੇ ਗਰੀਬਾਂ ਨੂੰ ਪਾਤਸ਼ਾਹੀ, ਇਨ ਗਰੀਬ ਸਿੱਖਣ ਕੋ ਦੂ ਪਾਤਸ਼ਾਹੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਦਿੱਤੀ ਨਾ ਪਾਤਸ਼ਾਹੀ, ਕਿਸੇ ਨੇ ਦਾੜਾ ਰੱਖਿਆ ਹੋਵੇ, ਦਸਾਰ ਸਜਾਈ ਹੋਵੇ, ਤੁਸੀਂ ਕਿਤੇ ਵੀ ਚਲੇ ਜਾਓ ਤੁਹਾਨੂੰ ਇੱਕੋ ਹੀ ਗੱਲ ਕਹਿਣਗੇ, ਸਰਦਾਰ ਜੀ ਆਓ ਬੈਠੋ, ਸਰਦਾਰ ਜੀ ਕਹਿ ਕੇ ਪੁਕਾਰਨਗੇ। ਸਰਦਾਰ ਮਤਲਬ ਮੋਢੀ ਹੁੰਦਾ। ਇਹ ਨਾ ਸੋਚੋ ਪੱਗ ਬੰਨ ਲਈ, ਦਾੜਾ ਰੱਖ ਲਿਆ, ਸਰਦਾਰ ਜੀ ਕਹਿ ਦਿੱਤਾ। ਇਸ ਸਰਦਾਰੀ ਦੇ ਵਾਸਤੇ ਸਾਡੇ ਗੁਰੂਆਂ ਨੇ ਆਪਣੇ ਜੀਵਨ ਕੁਰਬਾਨ ਕਰ ਦਿੱਤੇ, ਸਾਡੇ ਗੁਰੂਆਂ ਦੇ ਸਾਹਿਬਜ਼ਾਦਿਆਂ ਨੇ ਆਪਣੇ ਜੀਵਨ ਕੁਰਬਾਨ ਕਰ ਦਿੱਤੇ, ਤਾਂ ਸਾਧ ਸੰਗਤ ਜੀ ਸਰਦਾਰੀ ਮਿਲੀ ਹੈ। ਨਹੀਂ ਸਰਦਾਰੀ ਐਵੇਂ ਨਹੀਂ ਮਿਲ ਗਈ। ਕਾਮ ਆਏ ਫਕੀਰੋਂ ਕੇ ਤੋ ਸ਼ਾਹੋਂ ਕੇ ਵੀ ਸ਼ਾਹ ਆਏ, ਦੁਨੀਆਂ ਕੇ ਵੀ ਵੋ ਆਏ, ਹਵਾ ਖਾਹੋਂ ਕੇ ਵੀ ਆਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਤਰ੍ਹਾਂ ਕਿਲੇ ਦੇ ਵਿੱਚ, ਕਹੀਏ ਗੜੀ ਦੇ ਵਿੱਚ ਘੁੰਮ ਰਹੇ ਨੇ। ਇਤਨੇ ਨੂੰ ਸਾਧ ਸੰਗਤ ਜੀ ਅੰਮ੍ਰਿਤ ਵੇਲਾ ਹੋ ਗਿਆ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿੰਨੇ ਵੀ ਸਿੰਘ ਨੇ ਸੀ ਹੈ ਹੋਣਗੇ, ਅੰਮ੍ਰਿਤ ਵੇਲੇ ਲਗਭਗ ਸਾਰੇ ਜਾਗ ਪੈਂਦੇ ਆ, ਜਾ ਕੇ ਇਸ਼ਨਾਨ ਪਾਨ ਸਾਧਦੇ ਆ, ਤਿਆਰ ਬਰ ਤਿਆਰ ਹੋ ਕੇ ਕੀ ਕਰਦੇ ਹੈਗੇ, ਜਪ।
ਉਸ ਪਰਮੇਸ਼ਰ ਨੂੰ ਜਪਦੇ ਹੈ, ਉਸ ਅਕਾਲ ਪੁਰਖ ਨੂੰ ਜਪਦੇ ਹੈ, ਉਸ ਈਸ਼ਵਰ ਨੂੰ ਜਪਦੇ ਹੈ ਜਿਸ ਈਸ਼ਵਰ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ ਹੈਗਾ। ਹੁਣ ਸਾਧ ਸੰਗਤ ਜੀ, ਅੰਮ੍ਰਿਤ ਵੇਲਾ ਹੋ ਗਿਆ, ਅੰਮ੍ਰਿਤ ਵੇਲੇ ਦੀਵਾਨ ਸਜਿਆ, ਨਿਤਨੇਮ ਦੇ ਬਾਣੀਆਂ ਦੇ ਪਾਠ ਹੋਏ ਨੇ, ਅਤੇ ਫਿਰ ਸਤਿਗੁਰਾਂ ਦਾ ਹੁਕਮ ਪ੍ਰਾਪਤ ਕਰਕੇ ਸਾਰਿਆਂ ਨੇ ਰਲ ਮਿਲ ਕੇ ਆਸਾ ਕੀ ਵਾਰ ਦੇ ਕੀਰਤਨ ਗਾਇਨ ਕੀਤੇ ਨੇ। ਟਿਕੀ ਹੋਈ ਰਾਤ ਹੈ, ਅੰਮ੍ਰਿਤ ਵੇਲੇ ਦਾ ਸਮਾਂ, ਹਨੇਰਾ ਮੂੰਹ ਹਨੇਰਾ ਹੀ ਹੈ, ਬਿਲਕੁਲ ਟਿਕਿਆ ਹੋਇਆ ਹੈਗਾ, ਥੋੜ੍ਹੀ ਜਿਹੀ ਆਵਾਜ਼ ਵੀ ਬਹੁਤ ਦੂਰ ਤੱਕ ਜਾਂਦੀ ਹੈ। ਜਦੋਂ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਹੈ, ਇਹ ਜਿਹੜੀ ਆਵਾਜ਼ ਹੈ ਕੀਰਤਨ ਦੀ, ਗੜੀ ਤੋਂ ਬਾਹਰ ਜਾ ਰਹੀ ਹੈ। ਸੁੱਤੇ ਹੋਏ ਜਿਹੜੇ ਮੁਗਲ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਪੈ ਰਹੀ ਹੈ, ਉਹਨਾਂ ਨੂੰ ਵੀ ਬੜੀ ਸ਼ਾਂਤੀ ਮਿਲਦੀ ਹੈ। ਪਾਰਬ੍ਰਹਮ ਪਰਮੇਸ਼ਰ ਦਾ ਨਾਮ ਭਾਵੇਂ ਕੋਈ ਵੀ ਸੁਣ ਲਵੇ, ਸ਼ਾਂਤੀ ਤਾਂ ਸਾਰਿਆਂ ਨੂੰ ਮਿਲਣੀ ਹੈਗੀ। ਆਸਾ ਕੀ ਵਾਰ ਦੇ ਭੋਗ ਪਏ ਨੇ ਦੀਵਾਨ ਸਤਿਗੁਰ ਸੱਚੇ ਪਾਤਸ਼ਾਹ, ਸਤਿਗੁਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੱਜ ਖੁਦ ਅਰਦਾਸਾ ਸੋਧਿਆ ਹੈਗਾ, ਉਸ ਅਕਾਲ ਪੁਰਖ ਪਰਮਾਤਮਾ ਅੱਗੇ ਅਰਦਾਸਾ ਸੋਧਿਆ, ਹੇ ਪਰਮੇਸ਼ਰ ਜੀ, ਜਿਸ ਕਾਰਜ ਵਾਸਤੇ ਤੁਸੀਂ ਸਾਨੂੰ ਸੰਸਾਰ ਦੇ ਵਿੱਚ ਭੇਜਿਆ, ਕਿਰਪਾ ਕਰਕੇ ਉਸ ਕਾਰਜ ਦੇ ਉੱਤੇ ਅਸੀਂ ਪੂਰੇ ਪੂਰੇ ਉਤਰੀਏ, ਅਜਿਹੀ ਕਿਰਪਾ ਸਾਡੇ ਉੱਤੇ ਕਰਨਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅਰਦਾਸਾ ਸੋਧਨ ਤੋਂ ਬਾਅਦ ਦੀਵਾਨ ਦਾ ਭੋਗ ਪਿਆ, ਤੇ ਸਿੰਘਾਂ ਨੂੰ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਨੇ ਇਕੱਠੇ ਕਰਕੇ ਵੀਰ ਰਸ ਦੇ ਵਿੱਚ ਸਤਿਗੁਰਾਂ ਦੇ ਨੇਤਰ ਲਾਲ ਨੇ ਡੋਲੇ, ਸਤਿਗੁਰਾਂ ਦੇ ਫਰਕ ਦੇ ਪਏ ਨੇ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਿੰਘਾਂ ਨੂੰ ਬਚਨ ਕੀਤਾ ਕਿ ਸਾਰੇ ਤਿਆਰ ਬਰ ਤਿਆਰ ਹੋ ਜਾਓ, ਅੱਜ ਮੈਦਾਨੇ ਜੰਗ ਦੇ ਵਿੱਚ ਅਸੀਂ ਸ਼ਹੀਦੀਆਂ ਪਾਉਣੀਆਂ। ਇਹ ਨਹੀਂ ਕਿਹਾ ਕਿ ਤੁਸੀਂ ਸ਼ਹੀਦੀਆਂ ਪਾਉਣੀਆਂ, ਇਹ ਕਿਹਾ ਕਿ ਅਸੀਂ ਸ਼ਹੀਦੀਆਂ ਪਾਉਣੀਆਂ। ਇਹ ਕਿਹੜਾ ਦਿਨ ਹੈ? ਅੱਠ ਪੋ ਅਰਥਾਤ ਅੱਜ ਦਾ ਦਿਨ ਹੈ। ਅੱਜ ਦੇ ਦਿਨ ਸਵੇਰ ਦੇ ਸਮੇਂ ਸੰਨ 1704 ਈਸਵੀ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਿੰਘਾਂ ਨੂੰ ਮੁਖਾਲਫਤ ਕਰਕੇ ਇਸ ਤਰ੍ਹਾਂ ਦੇ ਬਚਨ ਕਰਦੇ ਨੇ। ਕਹਿੰਦੇ ਜਦੋਂ ਦਿਨ ਚੜ੍ਹਿਆ, ਪ੍ਰਭਾਤ ਹੋਈ ਹੈ, ਇਸ ਜ਼ੋਰ ਸੇ ਸੈਲਾਬ ਹੁਆ, ਨੂਰ ਕਾ ਜਾਰੀ, ਅਰਥਾਤ ਸੂਰਜ ਚੜ੍ਹ ਗਿਆ, ਹਨੇਰਾ ਸਾਰਾ ਖਤਮ ਹੋ ਗਿਆ। ਕਫ ਕੀ ਤਰ੍ਹਾਂ ਬਹਿਨੇ ਲੱਗੀ ਅੰਜ਼ਾਮ ਕੀ ਕਿਆਰੀ, ਜਿਵੇਂ ਪਾਣੀ ਬਹੁਤ ਤੇਜ਼ ਆ ਜਾਵੇ ਤਾਂ ਝੱਗ ਜਿਹੜੀ ਹੈਗੀ ਬਹੁਤ ਦੂਰ ਤੱਕ ਡਿੱਗੀ ਡਿੱਗੀ ਚਲੀ ਜਾਂਦੀ, ਖਤਮ ਹੋ ਜਾਂਦੀ ਹੈ। ਤਾਰੇ ਕੇ ਸਹਿਰ ਕੇ ਅਭੀ ਹਿੰਮਤ ਨੀ ਥਹਾਰੀ, ਤੂਫਾਨ ਹੁਆ ਮਾਹ ਕਾ ਕਿਸ਼ਤੀ ਬੇ ਪਿਆਰੀ। ਕਹਿੰਦੇ ਹੈਗੇ ਸੂਰਜ ਨਿਕਲ ਆਇਆ, ਸਾਰੇ ਸਿੰਘ ਤਿਆਰ ਬਰ ਤਿਆਰ ਹੋ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਹੁਤ ਹੀ ਵਧੀਆ ਢੰਗ ਦੇ ਤਰੀਕੇ ਦੇ ਨਾਲ ਉਹ ਜਿਹੜੀ ਗੜੀ ਸੀ ਨਾ, ਉਸ ਗੜੀ ਦੇ ਵਿੱਚ ਸਿੰਘਾਂ ਨੂੰ ਤਾਇਨਾਤ ਕੀਤਾ, ਖੜੇ ਕੀਤਾ। ਜਿਹੜੇ 40 ਸਿੰਘ ਨੇ ਉਹਨਾਂ ਵਿੱਚੋਂ ਕੁਝ ਸਿੰਘਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਚਾਰੇ ਪਾਸੇ ਡਿਊਟੀਆਂ ਲਾਤੀਆਂ ਕਿ ਭਾਈ ਤੁਸੀਂ ਖੜੋ, ਸ਼ਸਤਰ ਲੈ ਕੇ ਤਿਆਰ ਬਰ ਤਿਆਰ, ਅਗਰ ਦੁਸ਼ਮਣ ਅਚਨਚੇਤ ਆ ਪਵੇ, ਹਮਲਾ ਕਰ ਪਵੇ, ਤਾਂ ਤੁਸੀਂ ਕਿਸ ਤਰ੍ਹਾਂ ਉਹਨਾਂ ਦਾ ਮੁਕਾਬਲਾ ਤੀਰਾਂ ਦੇ ਨਾਲ ਅਤੇ ਬੰਦੂਕਾਂ ਦੇ ਨਾਲ ਕਰਨਾ। ਕੁਝ ਸਿੰਘਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਕੋਲ ਰੱਖਿਆ ਕਿ ਗੜੀ ਦਾ ਦਰਵਾਜ਼ਾ ਖੋਲ੍ਹ ਕੇ ਮੈਦਾਨੇ ਜੰਗ ਦੇ ਵਿੱਚ ਤਲਵਾਰ ਨਾਲ ਤਲਵਾਰ ਕਿਵੇਂ ਖੜਕਣੀ ਹੈ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਜਿਤਨੇ ਸਿੰਘ ਨੇ, ਕਿੰਨੇ ਨੇ? ਗੁਰ ਸੁਨਾਹ ਕੇ ਕਾਰੇ ਕੁਨੰਦ ਚਹਿਲ ਨਰ, ਕੇ ਦਹਿ ਲਕ ਬਰ ਆਇਦ ਬਰੋ ਬੇਖਬਰ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਨਾਲ ਕਿੰਨੇ ਨੇ ਗੇ? 40 ਸਿੰਘ ਨੇ, 2 ਸਾਹਿਬਜ਼ਾਦੇ ਤੇ 1 ਆਪ ਨੇ, ਤੇ ਫੌਜ ਕਿੰਨੀ ਹੈ? ਕਿ ਦਹਿ ਲਕ ਬਰ ਆਇਦ ਬਰੋ ਬੇਖਬਰ। ਕਹਿੰਦੇ ਭੁੱਖੇ ਭਾਣਿਆਂ ਤੇ ਥੱਕਿਆਂ ਟੁੱਟਿਆਂ ਦੇ ਉੱਪਰ 10 ਲੱਖ ਦੀ ਫੌਜ ਆ ਕੇ ਹਮਲਾ ਕਰਦੀ ਹੈਗੀ, ਫਿਰ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲ ਖਾਲਸੇ ਡਰਦੇ ਨਹੀਂ ਹੈਗੇ। ਇਹ 40 ਨਹੀਂ ਡਰਦੇ ਪਏ, ਉਹ 10 ਲੱਖ ਦੀ ਹਿੰਮਤ ਨਹੀਂ ਹੈਗੀ ਕਿ ਕੱਚੀ ਗੜੀ ਨੂੰ ਹੱਥ ਵੀ ਲਾ ਦੇਣ।
ਸਾਰੀ ਰਾਤ ਉਹ ਸੁੱਤੇ ਰਹੇ ਨੇਗੇ, ਉਹਨਾਂ ਦੀ ਹਿੰਮਤ ਨਹੀਂ ਹੋਈ ਕਿ ਕੱਚੀ ਗੜੀ ਨੂੰ ਹੱਥ ਲਾ ਦੇਣ। ਹੁਣ ਤਿਆਰ ਬਰ ਤਿਆਰ ਦੋਨਾਂ ਤਰਫ ਤੋਂ ਫੌਜਾਂ ਹੋ ਗਈਆਂ। ਉਹ 10 ਲੱਖ ਦੀ ਫੌਜ ਮੁਖਲਸ ਪਹਾੜੀ ਰਾਜੇ ਗੁੱਜਰ ਧਾੜਵੀ ਲੁਟੇਰੇ ਉਹ ਸਾਰੇ ਤਿਆਰ ਬਰ ਤਿਆਰ ਹੋ ਗਏ। ਦਰ ਖਾਲਸਾ ਗੁਰੂ ਕਾ ਤਿਆਰ ਬਰ ਤਿਆਰ ਹੋ ਗਿਆ। ਕਹਿੰਦੇ ਹੈਗੇ ਗੁਰੂ ਸੋਭਾ ਦੇ ਸ਼ਬਦ ਵਿੱਚ, ਕਹਾਂ ਵੀਰ 40 ਸ਼ੁਦਾ ਬੰਤ ਭਾਰੇ, ਕਹਾਂ 1-9 ਲੱਖ ਆਏ ਹੰਕਾਰੇ। ਕਹਿੰਦੇ ਭੁੱਖੇ ਭਾਣੇ ਨੇ ਤੇ ਉਹ 10 ਲੱਖ ਦੇ ਕਰੀਬ, 9 ਤੇ 10 ਲੱਖ ਦੇ ਕਰੀਬ ਆ ਕੇ ਹਮਲਾ ਕਰਨ ਲੱਗੇ ਨੇਗੇ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਤਿਆਰ ਬਰ ਤਿਆਰ ਹੋ ਜਾਓ ਭਾਈ। ਉੱਧਰ ਮੁਗਲਾਂ ਨੇ ਮੁਸਲਮਾਨਾਂ ਨੇ ਹਮਲਾ ਕਰ ਦਿੱਤਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਗੜੀ ਦੇ ਵਿੱਚ ਜਿਹੜੇ ਸਿੰਘ ਤੈਨਾਤ ਅਟਾਰੀਆਂ 'ਤੇ ਨੇ, ਅਜਿਹੀ ਤੀਰਾਂ ਦੀ ਵਰਖਾ ਲਾਈ, ਅਜਿਹੇ ਤੀਰ ਇਹਨਾਂ 'ਤੇ ਛੱਡੇ ਨੇ ਕਿ ਜਿਸ ਤਰ੍ਹਾਂ ਪੂਰੇ ਭੱਜ ਕੇ ਗੜੀ ਨੂੰ ਇਹਨਾਂ ਨੇ ਸਲਾਹ ਬਣਾਈ ਕਿ ਕੱਚੀ ਤਾਂ ਗੜੀ ਹੈ, ਫੌਜ ਇੱਕੋ ਦਮ ਹਮਲਾ ਕਰੋ, ਜਦੋਂ ਇੱਕੋ ਦਮ ਭੱਜ ਕੇ ਜਾਵਾਂਗੇ ਸਾਡੇ 'ਚ ਤਾਂ ਇੰਨੀ ਜਾਨ ਹੈਗੀ ਅਸੀਂ ਇਹ ਗੜੀ ਦੀਆਂ ਕੰਧਾਂ ਹੀ ਤੋੜ ਦਿਆਂਗੇ, ਸਿੰਘਾਂ ਨੂੰ ਹੱਥੋਂ ਹੱਥ ਮਾਰ ਟੁੱਕ ਕੇ ਗੁਰੂ ਨੂੰ ਫੜ ਲਵਾਂਗੇ। ਪੂਰੇ ਜ਼ੋਰ ਸ਼ੋਰ ਦੇ ਨਾਲ ਇਸ ਮੁਗਲਸ ਨੇ, ਮੁਗਲ ਫੌਜ ਨੇ ਸਾਧ ਸੰਗਤ ਜਦੋਂ ਹਮਲਾ ਕੀਤਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸੂਰਮੇ, ਚਿੜੀਓ ਸੇ ਮੈਂ ਬਾਜ ਤੜਾਊਂ ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਅਮਰ ਦੀ ਦਾਤ ਦੀ ਸ਼ਕਤੀ ਅਜਿਹੀ ਹੈ, ਅਜਿਹੀ ਤੀਰਾਂ ਦੀ ਵਰਖਾ ਲਾਈ ਕਿ ਸਾਰੀ ਦੀ ਸਾਰੀ ਫੌਜ ਡਰਦੀ ਮਾਰੀ ਪਿੱਛੇ ਚਲੀ ਗਈ। ਕਿਉਂਕਿ ਜਦੋਂ ਹਵਾ ਦੇ ਵਿੱਚੋਂ ਪਾਣੀ ਦੇ ਵਾਂਗੂ ਤੀਰ ਆ ਰਹੇ ਨੇਗੇ, ਜਿਵੇਂ ਬਾਰਿਸ਼ ਦੀਆਂ ਬੂੰਦਾਂ ਆ ਰਹੀਆਂ, ਇੰਨੇ ਜ਼ਿਆਦਾ ਉਹਨਾਂ ਦੇ ਮੁਸਲਮਾਨ ਜਿਹੜੇ ਸਿਪਾਹੀ ਮਰ ਗਏ ਨੇ, ਉਹ ਡਰਦੇ ਮਾਰੇ ਭੱਜ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਜਿੰਨੇ ਸਿੰਘ ਨੇ ਇਹ ਗੁਰੂ ਦੇ ਵਾਸਤੇ ਮਰਨ ਨੂੰ ਆਏ ਨੇ, ਗੁਰੂ ਵਾਸਤੇ ਸ਼ਹੀਦ ਹੋਣ ਨੂੰ ਆਏ ਨੇ, ਇਹ ਜਿੰਨੀ ਵੀ ਸਿਪਾਹੀਆਂ ਦੀ ਫੌਜ ਹੈ ਇਹ ਵਿਚਾਰੇ ਲੱਜੋ ਕਲੱਜੋ ਡਰਦੇ ਮਾਰੇ ਆਏ ਨੇ, ਤਨਖਾਹ ਜੋ ਲੈ ਰਹੇ ਨੇ ਗੇ, ਇਹ ਗੁਰੂ ਵਾਸਤੇ ਨੇ, ਉਹ ਸਾਧ ਸੰਗਤ ਜੀ ਪੈਸੇ ਵਾਸਤੇ ਨੇ ਗੇ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਨੇ ਫਿਰ ਹੁਕਮ ਕੀਤਾ ਕਿ ਭਾਈ 5-5 ਸਿੰਘਾਂ ਦੇ ਜਥੇ ਬਣਾਓ ਅਤੇ ਬਾਹਰ ਜਾ ਕੇ ਲੜੋ। 5 ਸਿੰਘਾਂ ਦਾ ਜਥਾ ਨਿਕਲਿਆ ਮੈਦਾਨੇ ਜੰਗ ਦੇ ਵਿੱਚ। ਇਹ 5 ਸਿੰਘ ਜਿੱਧਰ ਵੀ ਜਾਂਦੇ ਆ ਸਫਾਂ ਦੀਆਂ ਸਫਾਂ ਚੀਰਦੇ ਜਾਂਦੇ ਨੇ ਅਤੇ ਧੜਾਂ ਦੇ ਉੱਪਰ ਸਿਰ ਲਾਂਹਦੇ ਜਾਂਦੇ ਨੇ। ਇਸ ਤਰ੍ਹਾਂ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਮੈਦਾਨੇ ਜੰਗ ਦੇ ਵਿੱਚ ਇੱਕ ਜਥਾ ਤੋਰਿਆ, 2 ਜਥਾ ਤੋਰਿਆ, 3 ਜਥਾ ਤੋਰੇ ਤਾਂ ਕਵੀ ਕਹਿੰਦਾ ਹੈ, ਲੱਖਾਂ ਕੋ ਕਤਲ ਕਰਕੇ ਪਿਆਰੇ ਗੁਜ਼ਰ ਗਏ, ਏਕ ਏਕ ਕਰਕੇ ਖਾਲਸੇ ਸਾਰੇ ਗੁਜ਼ਰ ਗਏ, ਸਦਾ ਫਨਾ ਕੇ ਘਾਟ ਉਤਾਰੇ ਗੁਜ਼ਰ ਗਏ, ਉਸਮੇ ਲਗਾ ਕੇ ਆਂਗ ਸ਼ਰਾਰੇ ਗੁਜ਼ਰ ਗਏ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿੰਨੇ ਜਥੇ ਭੇਜੇ ਮੁਗਲਾਂ ਦੀ ਫੌਜ ਨੂੰ ਕੱਟ ਕੇ ਵੱਢ ਕੇ ਟੁੱਕ ਕੇ ਖਤਮ ਹੋ ਕੇ ਉਹ ਆਪ ਵੀ ਸ਼ਹੀਦ ਹੋ ਗਏ। ਹੁਣ ਸਤਿਗੁਰ ਸੱਚੇ ਪਾਤਸ਼ਾਹ ਇਸ ਤਰ੍ਹਾਂ ਖੜੇ ਨੇ ਮੈਦਾਨੇ ਜੰਗ ਦੇ ਵਿੱਚ, ਮੈਦਾਨੇ ਜੰਗ ਦਾ ਦ੍ਰਿਸ਼ ਦੇਖ ਰਹੇ ਨੇ। ਇਤਨੇ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਇੱਕ ਪਾਸੋਂ ਆਵਾਜ਼ ਆਈ, ਗੁਰੂ ਪਿਤਾ ਜੀ ਧੰਨ ਸਾਹਿਬ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮੁੜ ਕੇ ਤੱਕਿਆ, ਸਾਹਿਬਜ਼ਾਦਾ ਅਜੀਤ ਸਿੰਘ ਜੀ ਹੱਥ ਜੋੜ ਕੇ ਖੜ੍ਹੇ ਨੇ। ਕਹਿਣ ਲੱਗੇ, ਮਹਾਰੇ ਸੱਚੇ ਪਾਤਸ਼ਾਹ ਇੱਕ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ। ਪਾਤਸ਼ਾਹ ਬਚਨ ਕੀਤਾ, ਹੁਕਮ ਕਰੋ ਲਾਲ ਜੀ, ਦੱਸੋ ਕੀ ਗੱਲ ਹੈਗੀ। ਜਿਵੇਂ ਪਿਓ ਆਪਣੇ ਪੁੱਤਰ ਨੂੰ ਕਹਿੰਦਾ ਕਿ ਪੁੱਤ ਦੱਸ ਗੱਲ ਕੀ, ਹੁਕਮ ਕਰ ਤੂੰ। ਪਾਤਸ਼ਾਹ ਕਹਿੰਦੇ ਦੱਸੋ ਕੀ ਗੱਲ ਹੈ। ਕਹਿੰਦੇ ਮਹਾਰੇ ਸੱਚੇ ਪਾਤਸ਼ਾਹ, ਮੈਨੂੰ ਆਗਿਆ ਬਖਸ਼ੋ, ਥਾਪਣਾ ਬਖਸ਼ੋ, ਮੈਦਾਨੇ ਜੰਗ ਦੇ ਵਿੱਚ ਜਾ ਕੇ ਮੈਂ ਸ਼ਹੀਦ ਹੋਵਾਂ। ਮੇਰਾ ਸ਼ਹੀਦ ਹੋਣ ਨੂੰ ਜੀ ਕਰਦਾ, ਮੈਨੂੰ ਥਾਪਣਾ ਦਿਓ, ਮੈਦਾਨੇ ਜੰਗ ਦੇ ਵਿੱਚ ਆ ਕੇ ਦੁਸ਼ਮਣਾਂ ਨੂੰ ਮਾਰਦਾ ਮਾਰਦਾ ਖਤਮ ਕਰਦਾ ਕਰਦਾ ਸ਼ਹੀਦ ਹੋ ਜਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੁਸਕਰਾ ਪਏ। ਪਾਤਸ਼ਾਹ ਨੇ ਬਚਨ ਕੀਤਾ, ਲਾਲ ਜੀ ਅਗਰ ਅਸੀਂ ਤੁਹਾਨੂੰ ਕਹਿੰਦੇ ਕਿ ਸਿੰਘ ਸ਼ਹੀਦ ਹੋ ਰਹੇ ਨੇ, ਭਾਈ ਤੂੰ ਵੀ ਨਾਲ ਜਾ ਲੜਨ,
ਉਹ ਗੱਲ ਹੋਰ ਸੀ। ਤੁਸੀਂ ਖੁਦ ਚੱਲ ਕੇ ਆਇਓ। ਇਹ ਸੁਣ ਕੇ ਮੇਰਾ ਬੜਾ ਮਨ ਖੁਸ਼ ਹੋਇਆ। ਰਹਿੰਦੇ ਯੁਗਾਂ ਤੱਕ ਇਹ ਗੱਲ ਗਵਾਹ ਹੋਏਗੀ ਕਿ ਜਿਹੜਾ ਗੁਰੂ ਦੀ ਸਿੱਖਿਆ ਨੂੰ ਹਿਰਦੇ ਦੇ ਨਾਲ ਸੁਣਦਾ ਮੰਨਦਾ, ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਲੋਕੀ ਡਰਦੇ ਨਾ ਮਰਨ ਤੋਂ, ਬੈਠੇ ਹੋਈਏ ਆਪਾਂ ਕਮਰੇ ਦੇ ਵਿੱਚ, ਛੱਤ ਡਿੱਗ ਜਾ ਸਾਰੇ ਭੱਜ ਕੇ ਬਾਹਰ ਜਾਂਦੇ ਹਾਂਗੇ, ਮੌਤ ਤੋਂ ਡਰ ਲੱਗਦਾ। ਜਿਸ ਮਰਨੇ ਤੇ ਜਗ ਡਰੈ, ਕਹਿੰਦੇ ਲੋਕੀ ਜਿਸ ਮੌਤ ਤੋਂ ਡਰਦੇ ਨੇ ਮੇਰਾ ਖਾਲਸਾ ਕਹਿੰਦਾ ਉਹ ਤਾਂ ਹੈ ਹੀ ਪਰਮਾਨੰਦ ਹੈ। ਕਹਿੰਦੇ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਹੱਥਾਂ ਦੇ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸ਼ਸਤਰਾਂ ਬਸਤਰਾਂ ਦੇ ਨਾਲ ਸਜਾਇਆ। ਤਕਰੀਬਨ 18 ਸਾਲ ਦੀ ਉਮਰ ਹੈ, ਹਜੇ ਉਹਨਾਂ ਦੇ ਮੁਖਾਰ ਬਿੰਦ ਤੇ ਮੁੱਛ ਫੁੱਟਦੀ ਪਈ ਹੈ, ਦਾੜਾ ਥੋੜਾ ਥੋੜਾ ਆ ਰਿਹਾ ਹੈਗਾ, ਬਹੁਤ ਸੋਹਣੇ ਗੱਭਰੂ ਜਵਾਨ ਨੇਗੇ। ਕਹਿੰਦੇ ਆ ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਸਤਿਗੁਰਾਂ ਤੋਂ ਥਾਪੜਾਂ ਤੇ ਆਸ਼ੀਰਵਾਦ ਲੈ ਕੇ ਨਿਕਲ ਪਏ ਕਿਲੇ ਦੇ ਵਿੱਚੋਂ। ਚਾਰ ਸਿੰਘ ਨਾਲ ਨੇ, ਘੋੜੇ ਤੇ ਸਵਾਰ ਨੇ। ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ, ਵੋ ਦੇਖੀਏ ਸਰਕਾਰ ਕਿਲੇ ਸੇ ਨਿਕਲ ਆਏ, ਘੋੜੇ ਪੇ ਹੋ ਸਵਾਰ ਕਿਲੇ ਪੇ ਨਿਕਲ ਆਏ, ਲੇ ਹੱਥ ਮੇ ਤਲਵਾਰ ਕਿਲੇ ਸੇ ਨਿਕਲ ਆਏ। ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਸ਼ੀਰਵਾਦ ਦਿੱਤਾ, ਸ਼ਸਤਰਾਂ ਬਸਤਰਾਂ ਦੇ ਨਾਲ ਸਜਾਇਆ, ਤੀਰ ਦਿੱਤੇ, ਕਮਾਨ ਦਿੱਤੀ, ਤੇਗ ਦਿੱਤੀ ਤੇ ਦੋਸਾਂਗ ਹੀ ਫੜਾਈ। ਦੋਸਾਂਗ ਜਿਹੜਾ ਵੱਡਾ ਨੇਜਾ ਹੁੰਦਾ ਜਿਹੜਾ ਦੂਰੋਂ ਹੀ ਵਾਰ ਕਰਦੇ। ਕਵੀ ਲਿਖਦੇ ਲੇਤ ਪਰੋਏ ਪਠਾਨ ਕੋ ਸਭ ਹਨ ਸਾਂਗ ਦਿਖਾਏ, ਦੇਖਤ ਹੀ ਸਭ ਕਰਤ ਹੈ ਅਰੇ ਖੁਦਾਏ ਖੁਦਾਏ। ਸਾਹਿਬਜ਼ਾਦਾ ਅਜੀਤ ਸਿੰਘ ਜੀ ਆਪਣੇ ਜਥੇ ਨੂੰ ਲੈ ਕੇ ਜਿੱਧਰੋਂ ਵੀ ਜਾਂਦੇ ਨੇ ਸਫ਼ਾਂ ਦੀਆਂ ਸਫ਼ਾਂ ਚੀਰਦੇ ਜਾਂਦੇ ਨੇ ਤੇ ਮੁਸਲਮਾਨਾਂ ਦੇ ਜਿਹੜੇ ਸਿਰ ਨੇ ਧੜ ਤੋਂ ਵੱਖਰੇ ਕਰਦੇ ਜਾਂਦੇ ਨੇ। ਇਹ ਨਹੀਂ ਹੈਗਾ ਕਿਸੇ ਦੀ ਹਿੰਮਤ ਹੈ ਕਿ ਲਾਗੇ ਆ ਜਾਣ, ਉਹ ਤਾਂ ਆਪਣੇ ਜਾਨਾਂ ਵਿੱਚ ਆਉਂਦੇ ਨੇ, ਪਤਾ ਹੈ ਵੀ ਜਿਹੜਾ ਲਾਗੇ ਜਾਏਗਾ ਖਤਮ। ਮੈਂ ਮਰ ਗਿਆ ਜੱਗ ਪਰਲੋ, ਉਹ ਤਾਂ ਇਹੀ ਸੋਚਦੇ ਵੀ ਜੇ ਅਸੀਂ ਮਰ ਗਏ ਜੱਗ ਪਰਲੋ ਹਾਂ। ਪਰ ਸਾਹਿਬਜ਼ਾਦਾ ਅਜੀਤ ਸਿੰਘ ਤੇ ਨਾਲ ਜਿਹੜੇ ਚਾਰ ਸਿੰਘ ਨੇ ਉਹ ਆਏ ਸ਼ਹੀਦ ਹੋਣ ਨੇ, ਉਹਨਾਂ ਨੂੰ ਕਾਹਦਾ ਡਰ ਹੈਗਾ। ਕਹਿੰਦੇ ਇਸ ਤਰ੍ਹਾਂ ਲੜਦੇ ਲੜਦੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਬਹੁਤ ਮੁਸਲਮਾਨ ਬਹੁਤ ਸਿਪਾਹੀਆਂ ਨੂੰ ਖਤਮ ਕਰ ਦਿੱਤਾ ਤੇ ਅੰਤ ਵਿੱਚ ਟੂਟ ਕੇ ਸਾਂਗ ਦੋਏ ਟੂਕ ਭਈ ਭੋਏ ਭਰੀ। ਕਹਿੰਦੇ ਜਿਹੜੀ ਸਾਂਗ ਸੀ ਨਾ ਟੁੱਟ ਕੇ ਦੋ ਹਿੱਸੇ ਹੋ ਗਈ ਹੈਗੀ ਲੜਦੇ ਲੜਦੇ। ਗਹੀ ਤਲਵਾਰ ਦਲ ਦਲ ਬਹੁਤ ਮਾਰੇ। ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਫਿਰ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਕੱਢ ਲਈ ਤੇ ਉਸ ਤਲਵਾਰ ਦੇ ਕੇ ਜਿਹੜਾ ਵੀ ਆਉਂਦਾ, ਪਹਿਲਾਂ ਤਾਂ ਸਾਂਗ ਦੇ ਨਾਲ ਉਹਨਾਂ ਨੇ ਸਾਰਿਆਂ ਦੀਆਂ ਛਾਤੀਆਂ ਬਿੰਨ ਕੇ ਰੱਖ ਦਿੱਤੀਆਂ, ਹੁਣ ਤਲਵਾਰ ਦੇ ਕੇ ਜਿਹੜਾ ਵੀ ਆਉਂਦਾ ਧੜਾਂ ਦੇ ਨਾਲ ਸਿਰ ਵੱਖਰੇ ਕਰਦੇ ਪਏ ਨੇ। ਏਕ ਕੇ ਸੀਸ ਪਰ ਦੋਏ ਟੁਕਰੇ ਕਰੇ, ਦੋਏ ਕੇ ਸੀਸ ਧਰਤ ਕਰ ਚਾਰੇ। ਕਹਿੰਦੇ ਜਿਹੜਾ ਵੀ ਅੱਗੇ ਆਉਂਦਾ ਸਰੀਰ ਦੇ ਦੋ ਦੋ ਚਾਰ ਚਾਰ ਟੁਕੜੇ ਕਰਕੇ ਸੁੱਟੀ ਜਾਂਦੇ ਨੇ। ਕੌਣ ਨੇ ਇਹ? ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸ਼ੇਰ ਨੇ, ਲਾਲ ਨੇ, ਸਾਹਿਬਜ਼ਾਦਾ ਅਜੀਤ ਸਿੰਘ ਜੀ। ਭਾਂਤ ਇਹ ਪੂਰ ਪਰਵਾਹਾਂ ਦੀਨੇ ਕਈ ਰਕਤ ਦਰਿਆਓ ਮੇ ਪਰੇ ਸਾਰੇ। ਕਹਿੰਦੇ ਇਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਜਿੰਨੇ ਚਾਰੇ ਸਿੰਘ ਨੇ ਲੜਦੇ ਲੜਦੇ ਉਹ ਵੀ ਸ਼ਹੀਦ ਹੋ ਗਏ ਤੇ ਜਦੋਂ ਸਾਂਗ ਟੁੱਟ ਗਈ ਉਹਨਾਂ ਤਲਵਾਰ ਕੱਢ ਲਈ, ਲੜਦੇ ਲੜਦੇ ਸਾਧ ਸੰਗਤ ਜੀ ਤਲਵਾਰ ਵੀ ਉਹਨਾਂ ਦੀ ਟੁੱਟ ਗਈ ਤੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਲਾਗੇ ਆਉਣ ਦੀ ਫਿਰ ਵੀ ਕਿਸੇ ਨੂੰ ਹਿੰਮਤ ਨਹੀਂ ਹੈਗੀ, ਸਾਰੇ ਡਰਦੇ ਪਏ ਨੇ। ਇਸ ਤਰ੍ਹਾਂ ਉਹਨਾਂ ਨੇ ਕਈਆਂ ਨੇ ਇਕੱਠੇ ਹੋ ਕੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਉੱਪਰ ਤੀਰਾਂ ਦੀ ਵਰਖਾ ਕੀਤੀ, ਨੇਜ਼ੇ ਮਾਰੇ ਨੇ, ਦੂਰੋਂ ਖਿੱਚ ਕੇ ਤਲਵਾਰਾਂ ਮਾਰੇ। ਲਾਗੇ ਜਾਣ ਦੀ ਹਿੰਮਤ ਨਹੀਂ ਹੁੰਦੀ, ਜਿਹੜਾ ਪਹਿਲਾਂ ਲਾਗੇ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਨੇ ਉਹਨਾਂ ਦੇ ਹੱਡੀਆਂ ਤੋੜ ਮਰੋੜ ਕੇ ਪਰੇ ਸੁੱਟਦੇ ਨੇ। ਇਸ ਤਰ੍ਹਾਂ ਜਦੋਂ ਬਹੁਤ ਜ਼ਿਆਦਾ ਸ਼ਸਤਰਾਂ ਦੀ ਉਹਨਾਂ ਦੇ ਸਰੀਰ 'ਤੇ ਵਰਖਾ ਹੋਈ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਉਸ ਅਕਾਲ ਪੁਰਖ ਪਰਮਾਤਮਾ ਦਾ ਸ਼ੁਕਰੀਆ ਕਰਦੇ ਹੋਏ ਸਤਿ ਸ਼੍ਰੀ ਅਕਾਲ ਦੇ ਜਕਾਰੇ ਬੁਲਾਉਂਦੇ ਹੋਏ ਸ਼ਹੀਦੀ ਪਾ ਗਏ।
ਇਸ ਸਰੀਰ ਨੂੰ ਤਿਆਗਤਾ। ਅਸੀਂ ਕਹਿੰਦੇ ਸਰੀਰ ਨਸ਼ਵਰ ਹੈ, ਕਹਿੰਦੇ ਹਾਂ ਨਾ ਝੂਠਾ, ਪਰ ਸਾਹਿਬਜ਼ਾਦਾ ਅਜੀਤ ਸਿੰਘ ਦਾ ਗੁਸਾਖੀ ਮਾਫ਼ ਕਰਨਾ, ਸਰੀਰ ਨਸ਼ਵਰ ਨਹੀਂ, ਸੱਚਾ ਹੈ, ਕਿਉਂਕਿ ਧਰਮ ਦੇ ਲਈ ਉਹਨਾਂ ਲੇਖੇ ਲਾ ਦਿੱਤਾ। ਨਸ਼ਵਰ ਤਾਂ ਸਾਡਾ ਹੈ ਜਿਹੜਾ ਧਨ ਕਾਮ ਵਡਿਆਈ ਦੇ ਪਿੱਛੇ ਭੱਜੇ ਫਿਰਦੇ ਹਾਂ, ਉਹਨਾਂ ਨੇ ਤਾਂ ਗੁਰੂ ਵਾਸਤੇ, ਪੰਥ ਵਾਸਤੇ, ਖਾਲਸੇ ਵਾਸਤੇ, ਮਨੁੱਖਤਾ ਦੇ ਵਾਸਤੇ ਆਪਣਾ ਸਰੀਰ ਤਿਆਗ ਦਿੱਤਾ। ਕਹਿੰਦੇ ਪੀਓ ਪਿਆਲਾ ਪ੍ਰੇਮ ਕਾ, ਭਇਓ ਸੁਮਨ ਅਵਤਾਰ, ਆਜ ਖਾਸ ਪਏ ਖਾਲਸਾ ਸਤਿਗੁਰ ਕੇ ਦਰਬਾਰ। ਪ੍ਰੇਮ ਦਾ ਪਿਆਲਾ ਪੀਤਾ ਅਰਥਾਤ ਸ਼ਹੀਦੀ ਪ੍ਰਾਪਤ ਕੀਤੀ, ਮਨੁੱਖਾ ਜਨਮ ਸਫਲ ਹੋ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਜੀ ਜਦੋਂ ਸ਼ਹੀਦ ਹੋ ਗਏ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇਤਰਾਂ ਵਿੱਚੋਂ ਹੰਝੂ ਨਹੀਂ ਨਿਕਲੇ, ਮੁੱਖ ਤੇ ਉਦਾਸੀ ਨਹੀਂ ਆਈ। ਸਤਿਗੁਰ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਜਕਾਰਾ ਛੱਡਿਆ, ਬੜੇ ਜੋਸ਼ ਦੇ ਨਾਲ, ਵੀਰ ਰਸ ਦੇ ਨਾਲ ਬੋਲੇ, ਸੋ ਨਿਹਾਲ ਸਤਿ ਸ੍ਰੀ ਅਕਾਲ। ਸ਼ਹੀਦ ਤਾਂ ਹੋ ਨਹੀਂ ਸਕਦੇ, ਘੱਟੋ ਘੱਟ ਜਕਾਰਾ ਹੀ ਬੁਲਾ ਦਈਏ। ਤੁਹਾਡਾ ਤਾਂ ਮੈਨੂੰ ਪਤਾ ਨਹੀਂ, ਮੈਨੂੰ ਮੇਰੀ ਔਕਾਤ ਦਾ ਪਤਾ ਹੈ, ਮੈਂ ਤਾਂ ਸ਼ਹੀਦ ਹੋ ਨਹੀਂ ਸਕਦਾ। ਸ਼ਹੀਦ ਤਾਂ ਹੋ ਨਹੀਂ ਸਕਦੇ, ਘੱਟੋ ਘੱਟ ਗਰਜ ਕੇ ਜਕਾਰਾ ਹੀ ਬੁਲਾਈਏ, ਜਿਹੜਾ ਪਤਾ ਲੱਗੇ, ਸਾਡੀ ਆਵਾਜ਼ ਵੀ ਸਾਧ ਸੰਗਤ ਜੀ ਮਨ ਕਰਕੇ ਚਮਕੌਰ ਤੱਕ ਪਹੁੰਚ ਜਾਵੇ। ਸਾਹਿਬਜ਼ਾਦਾ ਅਜੀਤ ਸਿੰਘ ਜਦੋਂ ਸ਼ਹੀਦ ਹੋਏ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸਤਿਗੁਰਾਂ ਦੇ ਇੱਧਰ ਪਾਸੇ ਖੜੇ, ਕਹਿੰਦੇ ਪਿਤਾ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉੱਧਰ ਮੁੱਖ ਮੋੜਿਆ, ਕਹਿੰਦੇ ਹਾਂਜੀ ਲਾਲ ਜੀ, ਮਹਾਰਾਜ ਇੱਕ ਬੇਨਤੀ ਹੈ, ਦੱਸੋ। ਵੱਡੇ ਭਰਾਤਾ ਜੀ ਦੇ ਨਾਲ ਮੈਂ ਹਮੇਸ਼ਾ ਰਿਹਾ, ਕਦੇ ਜੋੜੀ ਵਿਛੜੀ ਨਹੀਂ ਹੈਗੀ ਸਾਡੀ, ਖਾਣਾ ਪੀਣਾ ਸੋਣਾ ਬਹਿਣਾ ਕੀਰਤਨ ਪਾਠ ਮੈਦਾਨੇ ਜੰਗ ਦੇ ਵਿੱਚ ਇਕੱਠੀ ਸੀਗੇ। ਉਹ ਹੁਣ ਸਾਹ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ਹੀਦੀ ਪ੍ਰਾਪਤ ਕਰਕੇ ਦਾਦਾ ਜੀ ਦੇ ਕੋਲ ਚਲੇ ਗਏ ਨੇ, ਸੱਚਖੰਡ ਚਲੇ ਗਏ, ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਕੋਲ। ਸੂਰਜ ਕਿਰਨ ਮਿਲੇ ਜਲਕਾ ਜਲ ਹੁਆ ਰਾਮ, ਉਹ ਤਾਂ ਉਹਦੇ ਵਿੱਚ ਮਿਲ ਗਏ, ਮੈਂ ਇੱਥੇ ਰਹਿ ਗਿਆ, ਕਿਰਪਾ ਕਰਕੇ ਮੈਨੂੰ ਵੀ ਭੇਜੋ, ਹੁਕਮ ਕਰੋ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹੁਤ ਹੀ ਖੁਸ਼ ਹੋਏ, ਆਪਣੇ ਹੱਥਾਂ ਦੇ ਨਾਲ ਸਤਿਗੁਰ ਸ਼ਸਤਰ ਸਜਾਉਂਦੇ ਨੇ, ਕਹਿੰਦੇ ਆ ਮੈਂ ਤੁਮ ਭਰਾਤ ਸੰਗ, ਮੈਂ ਤੁਮ ਭਰਾ ਸਦਾ ਸੰਗ ਜਾਣਾ, ਮੈਂ ਪਾਛੇ ਤਜ ਕਰਾ ਪਜਾਨਾ, ਮੈਂ ਹੁਣ ਉਹਦੇ ਨਾਲ ਜਾਣਾ। ਮਹਾਰਾਜ ਸਤਿਗੁਰੂ ਜੀ ਪਤਾ ਕੀ ਕਹਿੰਦੇ ਸੁਣ ਕੇ, ਕਹਾ ਥਾ ਬਾਪ ਕੋ ਜਾਨ ਦੀਜੈ ਧਰਮ ਪਰ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਕਹਿ ਰਹੇ ਨੇ, ਮੈਂ ਆਪਣੇ ਪਿਤਾ ਨੂੰ ਕਿਹਾ ਸੀ ਕਿ ਧਰਮ ਤੋਂ ਜਾਨ ਦੇ ਦਿਓ ਜਦੋਂ ਮੈਂ ਛੋਟਾ ਸੀ, ਪਰ ਅਬ ਕਹਤੇ ਹੈ ਬੇਟਾ ਆਪ ਕੋ ਜਾਨ ਦੀਜੈ ਧਰਮ ਪਰ। ਪਿਤਾ ਨੂੰ ਵੀ ਮੈਂ ਕਿਹਾ ਜਦੋਂ ਸਮੇਂ ਆਇਆ ਸੀ, ਪਰ ਅੱਜ ਸਮੇਂ ਆਇਆ ਮੈਂ ਤੁਹਾਨੂੰ ਕਹਿ ਰਿਹਾ, ਪੁੱਤਰ ਜੀ ਧਰਮ ਤੋਂ ਆਪਣਾ ਸਰੀਰ ਕੁਰਬਾਨ ਕਰ ਦਿਓ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਸ਼ੀਰਵਾਦ ਬਖਸ਼ਿਸ਼ ਕੀਤਾ। ਹੁਣ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਹੱਥੀ ਉਹਨਾਂ ਨੂੰ ਸ਼ਸਤਰ ਦੇ ਰਹੇ ਨੇਗੇ। ਹਮ ਦੇਤੇ ਹੈ ਖੰਜਰ ਉਸੇ ਸ਼ਮਸ਼ੀਰ ਸਮਝਣਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਖੰਜਰ ਦੇ ਰਹੇ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ। ਹਮ ਦੇਤੇ ਹੈ ਖੰਜਰ ਉਸੇ ਸ਼ਮਸ਼ੀਰ ਸਮਝਣਾ, ਨੇਜ਼ੇ ਕੀ ਜਗ੍ਹਾ ਦਾਦਾ ਕੀ ਤੁਮ ਤੀਰ ਸਮਝਣਾ। ਦਾਦਾ ਅਰਥਾਤ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਜਿਤਨੇ ਮਰੇ ਇਸੇ ਉਹਨੇ ਬੇਪੀਰ ਸਮਝਣਾ, ਜ਼ਖਮ ਆਏ ਤੋ ਹੋਣਾ ਨਹੀਂ ਦਲਗੀਰ ਸਮਝਣਾ। ਡਰਨਾ ਨਹੀਂ ਹੈਗਾ, ਜਿੰਨੇ ਜ਼ਖਮ ਫਟ ਆਉਣਗੇ ਇਹ ਸਮਝ ਲਓ ਤੁਹਾਡੀ ਕਾਬਲੀਅਤ ਹੈ। ਜਬ ਤੀਰ ਕਲੇਜੇ ਮੇ ਲਗੇ ਸੀ ਨਹੀਂ ਕਰਨਾ, ਉਫ ਮੂੰਹ ਮੇ ਮੇਰੀ ਜਾਨ ਕਭੀ ਵੀ ਨਹੀਂ ਕਰਨਾ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ, ਲੋ ਜਾਓ ਸਿਧਾਰੋ ਤੁਮੇ ਅੱਲਾਹ ਕੋ ਸੌਂਪਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਕੀ ਕਹਿ ਰਹੇ ਨੇਗੇ, ਲੋ ਜਾਓ ਸਿਧਾਰੋ ਤੁਮੇ ਅੱਲਾਹ ਕੋ ਸੌਂਪਾ, ਮਰ ਜਾਓ ਜਾਂ ਮਾਰੋ ਤੁਮੇ ਅੱਲਾਹ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਅੱਲਾਹ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਅੱਲਾਹ ਕੋ ਸੌਂਪਾ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ
ਇਸ ਤਰ੍ਹਾਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਮੈਦਾਨੇ ਜੰਗ ਦੇ ਵਿੱਚ ਤੋਰਦੇ ਨੇ। ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਹੋ ਜਾਤੇ ਜਾਮ ਸ਼ਹਾਦਤ ਤੁਮੇ ਬਖਸ਼ੇ। ਤੈਨੂੰ ਪਿਆਸ ਲੱਗੀ ਹੈ? ਹਾਂਜੀ ਮਹਾਰੇ ਮੈਨੂੰ ਪਿਆਸ ਲੱਗੀ ਹੈ। ਤਾਂ ਜਾਓ ਮੈਦਾਨੇ ਜੰਗ ਦੇ ਵਿੱਚ ਸ਼ਹਾਦਤ ਦਾ ਜਾਮ ਪੀਓ ਅਤੇ ਤ੍ਰਿਪਤ ਹੋਵੋ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਮੈਦਾਨੇ ਜੰਗ ਦੇ ਵਿੱਚ ਭੇਜਿਆ। ਮੈਦਾਨੇ ਜੰਗ ਦੇ ਵਿੱਚ ਜਾ ਕੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਅਜਿਹੀ ਤਲਵਾਰ ਚਲਾਈ ਕਿ ਜਿਹੜਾ ਵੀ ਸਾਹਮਣੇ ਆਉਂਦਾ ਉਹੀ ਡਰ ਕੇ ਭੱਜੀ ਜਾਂਦਾ ਹੈਗਾ। ਸਾਹਮਣੇ ਆਉਣ ਦੀ ਕਿਸੇ ਦੇ ਵਿੱਚ ਹਿੰਮਤ ਨਹੀਂ ਹੈਗੀ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਸ਼ਿਕਸ਼ਾ ਦਿੱਤੀ ਹੈ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਗਗਨ ਦੁਆਮਾ ਬਾਜਿਓ ਪਰਿਓ ਨਿਸ਼ਾਨੈ ਕਾਉ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾ, ਸੂਰਾ ਸੋ ਪਹਿਚਾਨੀਐ ਲੜੇ ਦੀਨ ਕਹਿ ਤੇ ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡਾ ਖੇਤ। ਹੁਣ ਇਨਸਾਨ ਤੁਸੀਂ ਕਦੇ ਦੇਖਿਆ ਹੋਏਗਾ, ਆਮ ਬੰਦਾ ਜਿਹੜਾ ਬਿਲਕੁਲ ਸੁੱਕਾ ਮੁਰਦਲੀ ਹੋਏਗਾ, ਬਿਲਕੁਲ ਕਮਜ਼ੋਰ, ਜਦੋਂ ਉਹ ਪਾਗਲ ਹੋ ਜਾਏ ਚਾਰ ਪੰਜ ਬੰਦਿਆਂ ਤੋਂ ਕੰਟਰੋਲ ਹੁੰਦਾ, ਇੱਕ ਬੰਦਾ ਉਹਨੂੰ ਸਾਂਭ ਨਹੀਂ ਸਕਦਾ। ਜਿਹੜਾ ਅੱਗੇ ਪਿੱਛੇ ਇੱਕ ਥੱਪੜ ਦੀ ਮਾਰਨੀ ਜਦੋਂ ਪਾਗਲ ਹੋ ਜਾਵੇ ਚਾਰ ਪੰਜ ਬੰਦਿਆਂ ਤੋਂ ਬਿਨਾਂ ਕਾਬੂ ਨਹੀਂ ਦਾ। ਕਿਉਂ? ਉਹਦਾ ਕਾਰਨ ਇਹ ਹੁੰਦਾ ਕਿ ਉਹਦੇ ਮਨ ਦੀ ਜਿਹੜੀ ਸ਼ਕਤੀ ਹੈ ਜਗ੍ਹਾ ਜਗ੍ਹਾ 'ਤੇ ਸਾਡੀ ਖਿੰਡੀ ਪਈ ਹੈ, ਇੱਕ ਜਗ੍ਹਾ 'ਤੇ ਹੋ ਜਾਂਦੀ ਹੈ, ਉਹਦੇ 'ਚ ਜ਼ੋਰ ਜ਼ਿਆਦਾ, ਉਹਦਾ ਕੌਨਫੀਡੈਂਸ ਵੱਧ ਜਾਂਦਾ ਹੈਗਾ। ਹੁਣ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਚਾਰ ਸਿੰਘਾਂ ਦੇ ਨਾਲ ਨਿਕਲੇ ਨੇ ਮੈਦਾਨੇ ਜੰਗ ਵਿੱਚ। ਸਾਧ ਸੰਗਤ ਜੀ ਇਹ ਸੋਚ ਕੇ ਨਹੀਂ ਨਿਕਲੇ ਕਿ ਚਾਰ ਪੰਜ ਪੰਜਾਹ ਸੌ ਨੂੰ ਮਾਰ ਕੇ ਵਾਪਸ ਗੜੀ 'ਚ ਵੜਾਂਗੇ, ਨਾ, ਉਹ ਨਿਕਲੇ ਸ਼ਹੀਦ ਹੋਣ ਵਾਸਤੇ ਨੇ। ਮੈਦਾਨੇ ਜੰਗ ਦੇ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜੂਝਦੇ ਪਏ ਨੇ ਮੌਤ ਦੇ ਨਾਲ, ਜੂਝਦੇ ਜੂਝਦੇ ਚਾਰ ਦੇ ਚਾਰ ਨਾਲ ਦੇ ਸਿੰਘ ਸ਼ਹੀਦ ਹੋ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੜੀ 'ਤੇ ਖੜ੍ਹੇ ਦੇਖਦੇ ਪਏ ਨੇ ਅਤੇ ਤੀਰਾਂ ਦੀ ਵਰਖਾ ਕਰ ਰਹੇ ਨੇ। ਸਾਹਿਬਜ਼ਾਦਾ ਜੁਝਾਰ ਸਿੰਘ ਦੇ ਲਾਗੇ ਆਉਣ ਦੀ ਕਿਸੇ ਦੀ ਹਿੰਮਤ ਨਹੀਂ, ਤਲਵਾਰ ਦੇ ਨਾਲ ਜਿੱਧਰ ਵੀ ਜਾ ਰਹੇ ਨੇ ਸਫਾਂ ਚੀਰਦੇ ਜਾ ਰਹੇ ਨੇ। ਦੁਸ਼ਮਣ ਨੇ ਤੀਰ ਮਾਰ ਮਾਰ ਕੇ ਉਹਨਾਂ ਦਾ ਘੋੜਾ ਜ਼ਖਮੀ ਕਰ ਦਿੱਤਾ। ਘੋੜਾ ਜਦੋਂ ਜ਼ਖਮੀ ਹੋਇਆ ਤਾਂ ਉਹ ਪੈਦਲ ਹੋ ਗਏ। ਉਸ ਸਮੇਂ ਵੀ ਫਿਰ ਕਿਸੇ ਦੀ ਹਿੰਮਤ ਨਹੀਂ। ਉਮਰ ਕਿੰਨੀ ਹੈ? 14 ਕੁ ਸਾਲ ਨੇ, 14 ਸਾਲ ਦੀ ਉਮਰ ਹੈ ਸਾਧ ਸੰਗਤ ਜੀ। ਲਾਗੇ ਕਿਸੇ ਜਾਣ ਦੀ ਹਿੰਮਤ ਨਹੀਂ। ਵੱਡੇ ਵੱਡੇ ਜਰਨੈਲ ਸੂਰਮੇ ਜਿਹੜੇ ਆਪਣੇ ਆਪ ਨੂੰ ਬਹਾਦਰ ਆਖਦੇ, ਉਹਨਾਂ ਦੀ ਵੀ ਹਿੰਮਤ ਨਹੀਂ ਹੈਗੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਲਾਲ ਦੇ ਕੋਲ ਪਹੁੰਚ ਜਾਣ। ਕਿਉਂ? ਗਿੱਦੜ ਭਾਵੇਂ ਜਿੰਨੇ ਮਰਜ਼ੀ ਇਕੱਠੇ ਹੋ ਜਾਣ, ਬਘਿਆੜ ਜਿੰਨੇ ਮਰਜ਼ੀ ਇਕੱਠੇ ਹੋ ਜਾਣ, ਸ਼ੇਰ ਦਾ ਬੱਚਾ ਜਿਹੜਾ ਹੁੰਦਾ ਨਾ ਉਹ ਛੋਟੀ ਉਮਰ ਦੇ ਵਿੱਚ ਵੀ ਉਹਨਾਂ ਨੂੰ ਲਾਗੇ ਨਹੀਂ ਆਉਣ ਦਿੰਦਾ। ਅੰਮ੍ਰਿਤ ਦੀ ਪੌਲ ਪੀਤੀ ਹੋਈ ਹੈ, ਅਸੀਂ ਤਾਂ ਅੰਮ੍ਰਿਤ ਦੀ ਪੌਲ ਪੀਣ ਤੋਂ ਡਰਦੇ ਹਾਂ, ਪਤਾ ਨਹੀਂ ਇਹਨੂੰ ਪੀ ਕੇ ਕੀ ਕਰਨਾ ਪਊਗਾ, ਬੜਾ ਸਾਡੇ 'ਤੇ ਭਾਰ ਚੜ ਜੂ, ਆ ਕਿਰਪਾਨ ਜਿਹੜੀ ਪਾਣੀ ਇਹਦੇ ਨਾਲ ਸਾਡੀ ਟੌਰ ਖਰਾਬ ਹੋਏਗੀ। ਗੁਰੂ ਪਿਆਰੀ ਸਾਧ ਸੰਗਤ ਜੀ ਸਮਾਂ ਇਜਾਜ਼ਤ ਨਹੀਂ ਦਿੰਦਾ ਆਪਾਂ ਨੂੰ, ਸਮਾਂ ਪੂਰਾ ਹੋਣ ਲੱਗੇ ਲਗਭਗ, ਆਪਾਂ ਮੂਲ ਵਿਚਾਰ ਤੱਕ ਰਹਿਣਾ। ਇਸ ਤਰ੍ਹਾਂ ਸ਼ਾਮ ਹੋ ਗਈ, ਗੁਰੂ ਕੇ ਲਾਲ ਅਤੇ ਸਿੰਘ ਸ਼ਹੀਦ ਹੋ ਗਏ ਬਹੁਤ ਸਾਰੇ। ਹੁਣ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਅਤੇ ਤਕਰੀਬਨ 10 ਸਿੰਘ ਹੋਰ ਬੱਚੇ ਹੈ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਅਤੇ 7 ਸਿੰਘ ਹੋਰ ਬੱਚੇ ਨੇ। ਇਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਕਿ ਕੱਲ੍ਹ ਨੂੰ ਜਿਹੜਾ ਜੰਗ ਹੋਏਗਾ ਉਹਦੇ ਵਿੱਚ ਅਗਰ ਮੈਦਾਨੇ ਜੰਗ ਦੇ ਵਿੱਚ ਲੜੇ, ਭਾਵੇਂ ਗੜੀ ਦੇ ਵਿੱਚ ਆ ਭਾਵੇਂ ਬਾਹਰ ਆ, ਸਾਰੇ ਦੇ ਸਾਰੇ ਸ਼ਹੀਦ ਹੋ ਜਾਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਗਰ ਸ਼ਹੀਦ ਹੋ ਗਏ ਤਾਂ ਪੰਥ ਨੂੰ ਇਹ ਬਹੁਤ ਕਰਾਰੀ ਸੱਟ ਵੱਜੇਗੀ।
ਕਿਉਂਕਿ ਪਾਤਸ਼ਾਹ ਅਗਰ ਰਹਿਣਗੇ ਸਰੀਰ ਦੇ ਵਿੱਚ ਤਾਂ ਹੋਰ ਖਾਲਸਾ ਤਿਆਰ ਹੋ ਜਾਏਗਾ, ਹੋਰ ਸਿੰਘ ਤਿਆਰ ਹੋ ਜਾਣਗੇ। ਅਗਰ ਸਤਿਗੁਰ ਸੱਚੇ ਪਾਤਸ਼ਾਹ ਸ਼ਹੀਦ ਹੋ ਗਏ ਇਸ ਸਮੇਂ, ਤਾਂ ਬਹੁਤ ਜ਼ਿਆਦਾ ਘਾਟਾ ਪੰਥ ਨੂੰ ਪੈ ਜਾਏਗਾ, ਜਿਹੜਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਸਰੀਰ ਤਾਂ ਨਹੀਂ ਕਿਸੇ ਦਾ ਰਹਿੰਦਾ ਤਾਂ ਠੀਕ ਹੈ, ਪਰ ਇਹ ਜਿਹੜਾ ਸਮਾਂ ਸਤਿਗੁਰਾਂ ਦਾ ਸ਼ਹੀਦ ਹੋਣ ਦਾ ਨਹੀਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਸਿੰਘ ਕਹਿੰਦੇ ਪਏ, ਸਤਿਗੁਰ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਨ ਲੱਗੇ ਨੇ। ਗੁਰੂ ਪਿਆਰੀ ਸਾਧ ਸੰਗਤ ਜੀ ਜੋ ਬੇਨਤੀ ਕਰਦੇ ਪਏ ਨੇ, ਅੱਲਾ ਯਾਰ ਖਾਂ ਜੋਗੀ ਲਿਖਦਾ ਪਿਆ ਇੱਕ ਕਵਿਤਾ ਦੇ ਵਿੱਚ, ਰਾਤ ਦਾ ਸਮੇਂ ਹੈ, ਸਾਰੇ ਮੁਗਲ ਫੌਜਾਂ ਆਪਣੇ ਆਪਣੇ ਖੇਮਿਆਂ ਦੇ ਵਿੱਚ ਸੁੱਤੇ ਪਏ ਨੇ। ਜਿਹੜਾ ਸਰਹੰਦ ਦਾ ਨਵਾਬ ਹੈ ਵਜ਼ੀਰ ਖਾਂ, ਉਹਨੇ ਕਿਹਾ ਕਿ ਹੁਣ ਹਮਲਾ ਕਰਨ ਦੀ ਲੋੜ ਨਹੀਂ, ਗੜੀ ਦੇ ਵਿੱਚ ਕੇਵਲ ਗੁਰੂ ਨੇ ਅਤੇ ਉਹਨਾਂ ਦੇ ਨਾਲ 8-10 ਸਿੰਘ ਨੇ, ਸਵੇਰ ਦੇ ਸਮੇਂ ਅਸੀਂ ਇਹਨਾਂ ਨੂੰ ਹੱਥੋਂ ਹੱਥੀ ਫੜ ਲੈਣਾ ਗਾ। ਭੱਜ ਤਾਂ ਸਕਦੇ ਨੇ ਕਿਉਂਕਿ ਚਾਰੇ ਪਾਸੇ ਘੇਰਾ ਇੰਨਾ ਤਕੜਾ ਪਿਆ ਹੋਇਆ, ਅਤੇ ਸਿੰਘਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਗੜੀ ਛੱਡਣ ਦੇ ਵਾਸਤੇ ਜਿਵੇਂ ਬੇਨਤੀ ਕੀਤੀ, ਬੇਨਤੀ ਤੋਂ ਬਾਅਦ ਉਹ ਜਿਹੜੇ ਚੇਲੇ ਨੇ ਗੁਰੂ ਬਣ ਕੇ ਕਿਸ ਤਰ੍ਹਾਂ ਹੁਕਮ ਕਰਦੇ ਆ, ਸਾਧ ਸੰਗਤ ਜੀ ਬੜੇ ਪਿਆਰ ਦੇ ਨਾਲ ਆਪਾਂ ਉਹ ਸਰਵਣ ਕਰਨਾ। ਹੌਲੀ ਹੌਲੀ ਸਰਕਾਰ ਨੇ ਗੜੀ ਵਿੱਚੋਂ ਦੇ ਕੇ ਥਾਪਣਾ ਸਿੰਘ ਸਰਦਾਰ ਤੋਰੇ, ਵੇਲਾ ਹੋ ਗਿਆ ਜਥਾ ਜਾ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇਦਾਰ ਤੋਰੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਜਦੋਂ ਹੌਲੀ ਹੌਲੀ ਸਿੰਘਾਂ ਨੂੰ 8 ਪੋਹ ਦੇ ਦਿਨ ਮੈਦਾਨੇ ਜੰਗ ਦੇ ਵਿੱਚ ਲੜਾਈ ਕਰਨ ਵਾਸਤੇ ਭੇਜਿਆ। ਕਹਿੰਦੇ ਹੈਗੇ ਅਰਦਲ ਵਿੱਚ ਬਸ 5 ਸਿੰਘ ਰਹਿ ਗਏ, ਬਾਕੀ ਚੋਣਵੇਂ ਸਿਪਾ ਸਾਲਾ ਤੋਰੇ, ਪੈ ਗਈ ਸਿੰਘਾਂ ਨੂੰ ਸੋਚ ਜਾ ਸੱਚੇ ਪਾਤਸ਼ਾਹ ਨੇ ਵਾਰੀ ਨਾਲ ਅਜੀਤ ਜੁਝਾਰ ਤੋਰੇ। ਹੁਣ ਇਹ ਸਿੰਘ ਕਿਵੇਂ ਦੇਖ ਸਕਦੇ ਸੀ ਕਿ ਸਾਡੇ ਸਾਹਮਣੇ ਸਾਡੇ ਗੁਰੂ ਦੇ ਨਾਲ ਸ਼ਹੀਦ ਹੋ ਜਾਣ? ਸਿੰਘ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਚਰਨਾਂ ਥੱਲੇ ਆਪਣੇ ਹੱਥ ਦਿੰਦੇ ਹੁੰਦੇ ਸੀਗੇ, ਇੰਨਾ ਜ਼ਿਆਦਾ ਪਿਆਰ ਸਿੰਘਾਂ ਦਾ ਗੁਰੂ ਕੇ ਲਾਲਾਂ ਦੇ ਨਾਲ ਹੈ। ਸਾਧ ਸੰਗਤ ਜੀ ਉਹ ਕਿਵੇਂ ਦੇਖ ਸਕਦੇ ਸੀ ਕਿ ਸਾਡੇ ਸਾਹਮਣੇ ਗੁਰੂ ਕੇ ਲਾਲ ਸ਼ਹੀਦ ਹੋ ਜਾਵਣ? ਕਹਿੰਦੇ ਪੈ ਗਈ ਸਿੰਘਾਂ ਨੂੰ ਸੋਚ ਜਾਂ ਸੱਚੇ ਪਾਤਸ਼ਾਹ ਨੇ ਵਾਰੀ ਨਾਲ ਅਜੀਤ ਜੁਝਾਰ ਤੋਰੇ। ਜਦੋਂ ਦੋਨਾਂ ਨੂੰ ਮੈਦਾਨੇ ਜੰਗ ਵਿੱਚ ਤੋਰ ਦਿੱਤਾ, ਸਿੰਘਾਂ ਸੋਚਿਆ ਪਿਆ ਹਨੇਰ ਭਾਵੇਂ ਵਹਿੰਦਿਆਂ ਵਹਿੰਦਿਆਂ ਚਾਨਣਾ ਚਾੜ ਬਈਏ, ਆਈ ਖਿਜ਼ਾਂ ਤੇ ਕਿਤੇ ਬਹਾਰ ਆਈ ਮੁੱਢੋ ਬਾਗ ਨਾ ਕਿਤੇ ਉਜਾੜ ਬਈਏ। ਅਰਥਾਤ ਅਗਰ ਕੱਲ੍ਹ ਨੂੰ ਸਤਿਗੁਰ ਸੱਚੇ ਪਾਤਸ਼ਾਹ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਗਏ, ਉਹ ਸਾਨੂੰ ਘਾਟਾ ਪਏਗਾ ਜਿਹੜਾ ਕਦੇ ਪੂਰਾ ਹੀ ਨਹੀਂ ਹੋ ਸਕਦਾ। ਜਾ ਕੇ ਕੋਲ ਹਜ਼ੂਰ ਦੇ ਕਹਿਣ ਲੱਗੇ, ਦਾਤਾ ਵਕਤ ਸੰਭਾਲਣਾ ਚਾਹੀਦਾ ਏ, ਸੂਰਬੀਰ ਜੀਓ ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਹੈ। ਜਾ ਕੇ ਸਿੰਘਾਂ ਨੇ ਬੇਨਤੀ ਕੀਤੀ ਹੈਗੀ, ਅੰਗਪਾਲ ਜੀਓ ਸਾਡੀ ਬੇਨਤੀ ਏ, ਅੰਗ ਸਿੱਖੀ ਦਾ ਪਾਲਣਾ ਚਾਹੀਦਾ ਏ, ਇਹੋ ਰਾਏ ਹੈ ਸਾਰੇ ਸੇਵਕਾਂ ਦੀ, ਮੋਇਆ ਪੰਥ ਜਵਾਲਣਾ ਚਾਹੀਦਾ ਏ। ਬੇਨਤੀ ਕਰਦੇ ਨੇ ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ, ਐ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ। ਹੁਣ ਸਾਧ ਸੰਗਤ ਜੀ ਉਹ ਬਚਨ ਉਹ ਬੇਨਤੀ ਕਰਨ ਲੱਗੇ ਨੇ ਸਿੰਘ, ਜਿਸ ਨੂੰ ਸੁਣ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਨੇਤਰ ਲਾਲ ਹੋ ਗਏ, ਡੋਲੇ ਫਰਕਣ ਲੱਗ ਗਏ, ਦੰਦ ਆਪਸ ਦੇ ਵਿੱਚ ਵੱਜਣ ਲੱਗ ਗਏ, ਇੰਝ ਲੱਗਦਾ ਜਿਵੇਂ ਮਹਾਰਾਜ ਜੀ ਬੜੇ ਕ੍ਰੋਧ ਵਿੱਚ ਜੋਸ਼ ਦੇ ਵਿੱਚ ਆ ਗਏ। ਹੁਣ ਕਹਿਣ ਲੱਗੇ ਸਤਿਗੁਰਾਂ ਨੂੰ ਅਸੀਂ ਮਰਾਂਗੇ ਲੜਦਿਆਂ ਅੰਤ ਤੀਕਰ, ਐ ਪਰ ਪਾਤਸ਼ਾਹ ਤੁਸੀਂ ਤਿਆਰ ਹੋ ਜਾਓ, ਇੱਥੋਂ ਨਿਕਲ ਜਾਓ, ਨੀਲੇ ਤੇ ਲੱਤ ਦੇ ਕੇ ਲੋਹ ਲੱਗਦਿਆਂ ਜੰਗਲੋਂ ਪਾਰ ਹੋ ਜਾਓ। ਸਤਿਗੁਰੂ ਜੀ ਤੁਸੀਂ ਗੜੀ ਨੂੰ ਛੱਡ ਕੇ ਚਲੇ ਜਾਓ, ਤੁਸੀਂ ਸਰੀਰ ਵਿੱਚ ਰਹੋਗੇ ਹੋਰ ਖਾਲਸਾ ਤਿਆਰ ਹੋ ਜਾਏਗਾ, ਤੁਸੀਂ ਅਗਰ
ਹੁਣ ਸਰੀਰ ਛੱਡ ਦਿੱਤਾ, ਪੰਥ ਨੂੰ ਬਹੁਤ ਘਾਟਾ ਪਏਗਾ। ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਬਚਨ ਸੁਣਿਆ, ਟੁੱਕੇ ਬੁੱਲ ਹਜ਼ੂਰ ਨੇ ਖਾ ਘੂਰੀ, ਕਹਿਆ ਕਿਹੜਾ ਸਰਦਾਰ ਇਹ ਬੋਲਦਾ ਏ। ਸੇਵਕ ਬੋਲਦੇ ਸਿੰਘ ਨੇ ਕਿਹਾ, ਅੱਗੋ ਸਾਡਾ ਸਾਂਝਾ ਵਿਚਾਰ ਇਹ ਬੋਲਦਾ ਏ। ਸਤਿਗੁਰਾਂ ਨੇ ਜਦੋਂ ਸੁਣਿਆ ਤੇ ਬਹੁਤ ਵੀਰ ਰਸ ਦੇ ਵਿੱਚ ਆ ਗਏ। ਕਹਿੰਦੇ ਕੌਣ ਬੋਲ ਰਿਹਾ? ਕਹਿੰਦੇ ਮਹਾਰਾਜ ਸਾਰੇ ਆ, ਸਾਡਾ ਸਾਰਿਆਂ ਦੀ ਸਲਾਹ ਹੈਗੀ। ਮੈਂ ਨਹੀਂ ਬੋਲਦਾ, ਬੋਲਦਾ ਪੰਥ ਸਾਰਾ, ਬਲਕਿ ਦੇਸ਼ ਪਿਆਰ ਇਹ ਬੋਲਦਾ ਏ। ਬੈਠਾ ਹੋਇਆ ਮਜਲੂਮ ਦੇ ਦਿਲ ਅੰਦਰ, ਪਿਆ ਆਪ ਕਰਤਾਰ ਇਹ ਬੋਲਦਾ। ਇਹ ਪਰਮਾਤਮਾ ਦੀ ਬੋਲ ਹੈ ਮਹਾਰਾਜ, ਕਿਰਪਾ ਕਰਕੇ ਸਾਡੀ ਬੇਨਤੀ ਨੂੰ ਸੁਣੋ ਤੇ ਇਸ ਗੜੀ ਨੂੰ ਛੱਡ ਕੇ ਚਲੇ ਜਾਓ। ਬੇਨਤੀ ਕਰਦੇ ਨੇ, ਸਾਡੇ ਜਿਹੇ ਲੱਖਾਂ ਪੈਦਾ ਕਰੇਗਾ ਤੂੰ, ਪਾਸਾ ਅਸਾਂ ਕੋਈ ਜਗਤ ਦਾ ਥੰਮਣਾ ਨਹੀਂ, ਪਰ ਜੇ ਤੂੰ ਨਾ ਰਹੋ ਦਸ਼ਮੇਸ਼ ਦੁੱਲੇ, ਗੋਬਿੰਦ ਸਿੰਘ ਮੁੜ ਕੇ ਫੇਰ ਅਸਾਂ ਜੰਮਣਾ ਨਹੀਂ। ਕਹਿੰਦੇ ਪਾਤਸ਼ਾਹ ਜੇ ਤੁਸੀਂ ਨਾ ਰਹੇ ਫਿਰ ਸਾਡਾ ਜਨਮ ਨਹੀਂ ਆਉਣਾ ਗਾ, ਖਾਲਸਾ ਤਾਂ ਤੇਰੇ ਕਰਕੇ ਹੀ ਹੈਗਾ। ਇਹ ਉਹਨਾਂ ਦੀ ਸੋਚ ਹੈਗੀ। ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਨੂੰ, ਕਹਿੰਦੇ ਸਾਧ ਸੰਗਤ ਜੀ ਆਇਆ ਰੋਹ ਅੰਦਰ ਪੁਤਲਾ ਸਰਬ ਲੋਹਦਾ, ਉਹਦੀ ਵੀਰਤਾ ਸ਼ਾਨ ਵਿਖਾਣ ਲੱਗੀ, ਤੀਰ ਉਹਦਿਆਂ ਦੇ ਗਿੱਠ ਗਿੱਠ ਜੀਭ ਕੱਢੀ, ਆਕੜ ਉਹਦੀ ਲੈਣ ਕਮਾਣ ਲੱਗੀ। ਸਤਿਗੁਰ ਸੱਚੇ ਪਾਤਸ਼ਾਹ ਵੀਰ ਰਸ ਦੇ ਵਿੱਚ ਆ ਗਏ। ਸ਼ੌਂਕੀ ਵਾਂਗ ਦਮੂਹੀ ਦੇ ਤੇਗ ਉਹਦੀ ਵੱਟ ਵਿੱਚ ਮਿਆਨ ਦੇ ਖਾਣ ਲੱਗੀ, ਨੀਲਾ ਹਿਣਕਿਆ ਬਾਜ ਦੇ ਖੰਭ ਖਿੰਡੇ, ਧਰਤੀ ਕੰਬ ਕੇ ਹੋਣ ਹੈਰਾਨ ਲੱਗੀ। ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਵੀਰ ਰਸ ਆ ਗਿਆ। ਕ੍ਰੋਧ ਨਹੀਂ ਕਹਿ ਸਕਦੇ, ਕ੍ਰੋਧ ਇੱਕ ਵਿਕਾਰ ਹੈ, ਉਹ ਸਾਡੇ ਵਰਗੇ ਬੰਦਿਆਂ ਨੂੰ ਆਏਗਾ। ਸਤਿਗੁਰ ਸੱਚੇ ਪਾਤਸ਼ਾਹ ਨੂੰ ਕ੍ਰੋਧ ਆ ਗਿਆ ਤੇ ਸਾਡੇ ਤੇ ਉਹਨਾਂ 'ਚ ਫਰਕ ਕੀ ਹੋਇਆ? ਸਤਿਗੁਰ ਸੱਚੇ ਪਾਤਸ਼ਾਹ ਵੀਰ ਰਸ ਦੇ ਵਿੱਚ ਆਏ ਕਿ ਤੁਸੀਂ ਮੈਨੂੰ ਮੈਦਾਨੇ ਜੰਗ ਦੇ ਵਿੱਚੋਂ ਭੱਜਣ ਵਾਸਤੇ ਕਹਿ ਰਹੇ ਹੋਗੇ। ਕਹਿਣ ਲੱਗੇ ਲਾਟਾਂ ਨਿਕਲੀਆਂ ਉਹਦੇ ਨੇਤਰਾਂ ਵਿੱਚੋਂ, ਨੇਤਰ ਲਾਲ ਹੋ ਗਏ, ਲਾਟਾਂ ਨਿਕਲੀਆਂ ਉਹਦੇ ਨੇਤਰਾਂ ਵਿੱਚੋਂ, ਡੋਲੀ ਉਹਦੇ ਛੱਲੀਆਂ ਪੈ ਗਈਆਂ, ਕਲਗੀ ਉਸ ਦੀ ਬਿਜਲੀ ਜਹੀ ਲਿਚਕੀ, ਫੌਜਾਂ ਵਿੱਚ ਤਰਥਲੀਆਂ ਪੈ ਗਈਆਂ। ਡਰ ਗਏ ਸਾਰੇ ਸਤਿਗੁਰਾਂ ਦੇ ਸਵਰੂਪ ਦੇਖ ਕੇ। ਉਸਨੇ ਕਿਹਾ ਗੰਭੀਰਤਾ ਨਾਲ, ਸਿੰਘੋ ਕੀ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ? ਜਿੰਨਾ ਮੌਤ ਤਿਕਰ ਮੇਰਾ ਸਾਥ ਦਿੱਤਾ, ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ? ਇੱਥੇ ਜਿੰਨਾ ਸਤਿਗੁਰਾਂ ਨੇ ਕਿਹਾ ਨਾ, ਜਿੰਨਾ ਮੌਤ ਤੱਕ ਮੇਰਾ ਸਾਥ ਦਿੱਤਾ, ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ। ਇੱਥੇ ਪੁੱਤ ਸਾਧ ਸੰਗਤ ਜੀ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਨਹੀਂ ਕਿਹਾ ਹੈਗਾ, ਆਪਣੇ ਸਿੰਘਾਂ ਨੂੰ ਕਿਹਾ। ਸਤਿਗੁਰ ਸੱਚੇ ਪਾਤਸ਼ਾਹ ਨੇ ਪਹਿਲਾਂ ਆਪਣੇ ਸਿੰਘਾਂ ਨੂੰ ਮਾਨ ਦਿੱਤਾ। ਅਰਦਾਸ ਵਿੱਚ ਰੋਜ਼ ਜੁੜਦੇ ਹਾਂ ਨਾ, ਅਰਦਾਸ ਵਿੱਚ ਦਸ ਗੁਰੂ ਸਾਹਿਬਾਨ ਨੂੰ ਯਾਦ ਕਰਨ ਤੋਂ ਬਾਅਦ ਸਾਧ ਸੰਗਤ ਜੀ ਫਿਰ ਕਹਿੰਦੇ ਪੰਜ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਦਾ ਬਾਅਦ ਦੀ ਗੱਲ ਆਉਂਦੀ ਹੈਗੀ। ਪਹਿਲਾਂ ਸਤਿਗੁਰਾਂ ਨੇ ਆਪਣੇ ਖਾਲਸੇ ਨੂੰ ਮਾਨ ਦਿੱਤਾ ਹੈ। ਪਾਤਸ਼ਾਹ ਕਿਹਾ ਬਚਨ, ਚਾਰ ਦਿਨਾਂ ਦੀ ਕੂੜੀ ਜਹੀ ਜ਼ਿੰਦਗੀ ਲਈ, ਮੈਂ ਹੁਣ ਘੋੜਾ ਭਜਾ ਕੇ ਨੱਠ ਜਾਵਾਂ? ਅੰਮ੍ਰਿਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ, ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ? ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਿਲਕੁਲ ਜਾਣ ਨੂੰ ਤਿਆਰ ਨਹੀਂ ਹੈਗੇ। ਜੇਕਰ ਆਸ ਮੈਥੋਂ ਇਹ ਰੱਖਦੇ ਹੋ, ਤੁਸੀਂ ਸੱਚ ਜਾਣੋ, ਕੁਝ ਵੀ ਜਾਣਦੇ ਨਹੀਂ, ਵੇਲਾ ਵਕਤ ਪਛਾਣਦੇ ਹੋ ਭਾਵੇਂ, ਪਰ ਦਸ਼ਮੇਸ਼ ਨੂੰ ਤੁਸੀਂ ਪਛਾਣਦੇ ਨਹੀਂ, ਤੁਸੀਂ ਅੱਜ ਤੱਕ ਮੈਨੂੰ ਪਛਾਣਿਆ ਹੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰਦੇ ਆ। ਸਿੱਖ ਨਾਲ ਜਕ ਲੰਬ ਦੇ ਬੋਲ ਉੱਠੇ, ਹੁਣ ਕੁਝ ਸੁਣਨ ਸੁਣਾਉਣ ਦੀ ਆਗਿਆ ਨਹੀਂ। ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ ਹੈ, ਇੱਥੋਂ ਘੜੀ ਲੰਘਾਉਣ ਦੀ ਆਗਿਆ ਨਹੀਂ। ਹੁਣ ਦੱਸੋ, ਸਿੰਘ ਕੋਈ ਵੀ ਸਿੱਖ ਮਹਾਰਾਜ ਜੀ ਦਾ ਨਾਮ ਇੰਝ ਲੈ ਸਕਦਾ ਗੋਬਿੰਦ ਸਿੰਘ? ਪਰ ਜਦੋਂ ਪੰਜ ਇਕੱਠੇ ਹੋ ਗਏ, ਗੁਰੂ ਬਣ ਗਏ, ਤਾਂ ਬਚਨ ਕੀਤਾ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ ਹੈ, ਇੱਥੇ ਘੜੀ ਲੰਘਾਉਣ ਦੀ ਆਗਿਆ ਨਹੀਂ। ਹੁਣ ਤੁਸੀਂ ਇੱਥੇ ਰੁਕਣਾ ਨਹੀਂ, ਇੱਥੋਂ ਚਲੇ ਜਾਓ, ਬਸ
ਇਹ ਖਾਲਸਾ ਪੰਥ ਦਾ ਹੁਕਮ ਹੈ। ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ, ਉਹਦਾ ਹੁਕਮ ਵਰਤਾਉਣ ਦੀ ਆਗਿਆ ਨਹੀਂ, ਤੇਰੀ ਜਾਨ ਅਮਾਨਤ ਹੈ ਖਾਲਸੇ ਦੀ, ਉਹਨੂੰ ਕਿਤੇ ਅਜਾਣ ਦੀ ਆਗਿਆ ਨਹੀਂ। ਕਹਿੰਦੇ ਇਹ ਜਿਹੜੀ ਤੇਰੀ ਜਾਨ ਹੈ ਨਾ, ਇਹ ਤੇਰੀ ਆਪਣੀ ਨਹੀਂ ਹੈਗੀ, ਇਹ ਖਾਲਸੇ ਦੀ ਜਾਨ ਹੈ। ਤੇ ਖਾਲਸਾ ਕਹਿ ਰਿਹਾ ਇਸ ਜਾਨ ਨੂੰ ਇੱਥੋਂ ਤੁਸੀਂ ਲੈ ਕੇ ਬਾਹਰ ਚਲੇ ਜਾਓ, ਛੇਤੀ ਉੱਠੋ, ਛੇਤੀ ਉੱਠੋ ਤੇ ਕਲਗੀਆਂ ਜਗੇ ਲਾਹੋ, ਦੂਰ ਵੈਰੀ ਦੀ ਨਜ਼ਰੋਂ ਹਟ ਜਾਓ, ਵੇਲਾ ਪਾ ਕੇ ਫੌਜ ਤਿਆਰ ਕਰ ਲਵੋ, ਫਿਰ ਦੁਸ਼ਮਣਾਂ ਦੇ ਅੱਗੇ ਡਟ ਜਾਓ। ਅਸੀਂ ਤੁਹਾਨੂੰ ਭੱਜਣ ਲਈ ਥੋੜ੍ਹੀ ਕਹਿੰਦੇ, ਕਹਿ ਰਹੇ ਫਕੀਰ ਬਣ ਜਾਓ, ਫੌਜ ਤਿਆਰ ਕਰੋ ਤੇ ਫਿਰ ਤੁਸੀਂ ਡਟੋ। ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ, ਛੇਤੀ ਸੀਸ ਝੁਕਾ ਕੇ ਉੱਠ ਟੁਰਿਆ, ਹੱਥ ਜੋੜ ਦਿੱਤੇ, ਅੱਖਾਂ ਭਰ ਲਈਆਂ ਅਤੇ ਹੁਕਮ ਬਜਾ ਕੇ ਉੱਠ ਤੁਰਿਆ। ਭੇਟਾ ਪੰਥ ਦੀ ਕਲਗੀਆਂ ਜਗੇ ਕੀਤੇ, ਬਾਜ ਉਂਗਲੀ ਲਾ ਕੇ ਉੱਠ ਤੁਰਿਆ, ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ, ਜਗਤ ਤਾਂ ਵਿਖਾ ਕੇ ਉੱਠ ਤੁਰਿਆ। ਇਹ ਇਤਿਹਾਸ ਕਹਿੰਦੇ ਮੋਈ ਹੋਈ ਹੋਈ ਸਿੱਖੀ, ਪੰਜਾਂ ਸਿੰਘਾਂ ਨੇ ਫਿਰ ਜਿਵਾਲ ਦਿੱਤੀ, ਕੜੀ ਮੌਤ ਦੀ ਆਈ ਸੀ ਪੰਥ ਉੱਤੇ, ਸਿੰਘਾ ਗੁਰੂ ਬਣ ਕੇ ਫਿਰ ਟਾਲ ਦਿੱਤੀ। ਗੁਰੂ ਪਿਆਰੇ ਜਦੋਂ ਇਸ ਤਰ੍ਹਾਂ ਹੁਕਮ ਕੀਤਾ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਭਾਈ ਠੀਕ ਹੈ, ਜਦੋਂ ਗੁਰੂ ਹੁਕਮ ਕਰ ਰਿਹਾ ਅਸੀਂ ਜ਼ਰੂਰ ਮੰਨਾਂਗੇ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਿਉਂਤ ਬਣਾਈ, ਆਪਣੇ ਨਾਲ ਤਿੰਨ ਸਿੰਘਾਂ ਨੂੰ ਲਿਜਾਣ ਦਾ ਫੈਸਲਾ ਕੀਤਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ। ਸੱਤ ਸਿੰਘ ਰਹਿ ਗਏ ਅੰਦਰ, ਉਹਨਾਂ ਦੇ ਵਿੱਚ ਭਾਈ ਸੰਗਤ ਸਿੰਘ ਜੀ ਦਾ ਪੂਰਾ ਮੁਹਾਂਦਰਾ ਸਰੀਰ ਲੰਬਾਈ ਉਹ ਸਤਿਗੁਰਾਂ ਦੇ ਨਾਲ ਥੋੜ੍ਹੀ ਮਿਲਦੀ ਸੀਗੀ। ਸਤਿਗੁਰਾਂ ਨੇ ਉਸਨੂੰ ਹੁਕਮ ਕੀਤਾ ਕਿ ਸਾਡੇ ਵਸਤਰ ਕਲਗੀ ਇਤਿਆਦਿਕ ਲਾ ਕੇ ਤੂੰ ਗੜੀ ਦੀ ਉੱਚੀ ਅਟਾਰੀ 'ਤੇ ਬਹਿਣਾ, ਤਾਂ ਕਿ ਫੌਜ ਨੂੰ ਪਤਾ ਲੱਗੇ ਕਿ ਇਹਨਾਂ ਦੇ ਗੁਰੂ ਇੱਥੇ ਹੀ ਨੇ। ਅਤੇ ਸਾਧ ਸੰਗਤ ਜੀ ਇਹ ਕਹਿੰਦੇ ਹੋਏ ਸਤਿਗੁਰੂ ਜੀ ਬਚਨ ਕੀਤਾ ਕਿ ਅਸੀਂ ਭੱਜਣਾ ਨਹੀਂ ਹੈਗਾ, ਅਸੀਂ ਮੈਦਾਨੇ ਜੰਗ ਦੇ ਵਿੱਚ ਸਾਰਿਆਂ ਨੂੰ ਕਹਿ ਕੇ ਜਾਣਾ। ਕੀ ਕਹਿਣਾ? ਪੀਰੇ ਹਿੰਦ ਮੇ ਰਵਦ, ਕਿ ਹਿੰਦੂ ਦਾ ਪੀਰ ਅਰਥਾਤ ਇਹ ਸਾਰੇ ਦੇਸ਼ ਦਾ ਗੁਰੂ ਹੈਗਾ, ਉਹ ਜਾ ਰਿਹਾ ਜਿਸ ਮਾਈ ਦੇ ਲਾਲ ਦੇ ਵਿੱਚ ਹਿੰਮਤ ਆ ਕੇ ਫੜ ਲਵੋ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੜੀ 'ਚੋਂ ਬਾਹਰ ਨਿਕਲੇ, ਤਿੰਨਾਂ ਪਿਆਰਿਆਂ ਨੂੰ ਤਿੰਨਾਂ ਸਿੰਘਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਰਿਆਂ ਦੀ ਸੇਧ ਦੀ ਜਾਣਕਾਰੀ ਦਿੱਤੀ ਕਿ ਇਸ ਤਾਰੇ ਦੀ ਸੇਧ ਦੇ ਵਿੱਚ ਜਾਵਾਂਗੇ, ਇੰਨੇ ਕੁ ਦਿਨਾਂ ਦੇ ਆਸ ਪਾਸ ਅਸੀਂ ਮਿਲ ਜਾਵਾਂਗੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਉਸ ਸਮੇਂ ਆਪਣੇ ਜੋੜੇ ਉਤਾਰ ਦਿੱਤੇ। ਕਿਉਂ ਕਿਉਂ ਉਤਾਰਤੇ ਮਹਾਰਾਜ ਜੋੜੇ? ਭਾਈ ਦਇਆ ਸਿੰਘ ਜੀ ਬੇਨਤੀ ਕਰਦੇ, ਮਹਾਰਾਜ ਕਿਉਂ ਉਤਾਰੇ ਨੇ ਜੋੜੇ? ਇਸ ਵਾਸਤੇ ਉਤਾਰੇ ਨੇ ਜਦੋਂ ਅਸੀਂ ਲੰਘਣਾ ਮੈਦਾਨੇ ਜੰਗ ਦੇ ਵਿੱਚ ਜੂਝਦੇ ਸਾਡੇ ਸਿੰਘ ਇੱਥੇ ਪਏ ਹੋਣੇ ਆ ਲੰਮੇ, ਕੀ ਪਤਾ ਡਿੱਗਦੇ ਹੋਏ ਕਿਸੇ ਦਾ ਦਸਤਾਰਾ ਖੁੱਲ੍ਹ ਗਿਆ ਹੋਵੇ, ਕੇਸ ਖੁੱਲ੍ਹ ਗਏ ਹੋਣ। ਮੈਂ ਨਹੀਂ ਚਾਹੁੰਦਾ, ਨਹੀਂ ਸਹਿ ਸਕਦਾ ਕਿ ਕਿਸੇ ਸਿੰਘ ਦੇ ਕੇਸ ਉੱਤੇ ਮੇਰਾ ਜੋੜਾ ਪਵੇ। ਦੇਖੋ ਸਾਧ ਸੰਗਤ ਜੀ, ਚਮਕੌਰ ਸਾਹਿਬ ਤੋਂ ਮਾਛੀਵਾੜਾ ਕਿੰਨਾ ਦੂਰ ਹੈਗਾ? ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੇਸਾਂ ਦੀ ਇੰਨੀ ਕਦਰ ਹੈਗੀ, ਜੋੜਾ ਲਾ ਤਾਂ ਨੰਗੇ ਚਰਨ, ਠੰਡੀ ਰਾਤ ਹੈ, ਕੰਡੇ ਭਰੇ ਹੋਏ ਨੇ, ਪਥਰੀਲਾ ਰਸਤਾ ਹੈਗਾ, ਇੰਨੇ ਵਿਖੜੇ ਰਸਤੇ ਸਤਿਗੁਰ ਸੱਚੇ ਪਾਤਸ਼ਾਹ ਨੰਗੇ ਚਰਨ ਤੁਰ ਪਏ ਨੇਗੇ। ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਛਤਰ ਛਾਇਆ ਹੇਠ ਖਾਲਸੇ ਨੇ ਅੱਜ ਦੇ ਦਿਨ ਉਹ ਅਨੋਖਾ ਯੁੱਧ ਲੜਿਆ ਜਿਹੜਾ ਸੰਸਾਰ ਦੇ ਵਿੱਚ ਨਾ ਤਾਂ ਕਦੇ ਹੋਇਆ ਸੀ ਅਤੇ ਸ਼ਾਇਦ ਨਾ ਕਦੇ ਹੋ ਸਕੇ। ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਦੋਨੇ ਲਾਲ ਸ਼ਹੀਦ ਕਰਵਾਏ, ਕੇਵਲ ਸਾਡੇ ਵਾਸਤੇ, ਮਨੁੱਖਤਾ ਦੇ ਵਾਸਤੇ। ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਸਤਿਗੁਰ ਸੱਚੇ ਪਾਤਸ਼ਾਹ ਚਮਕੌਰ ਤੋਂ ਚੱਲ ਪਏ ਨੇ। ਹੁਣ ਸਾਧ ਸੰਗਤ ਜੀ, ਸਤਿਗੁਰ ਸੱਚੇ ਪਾਤਸ਼ਾਹ ਪਿੰਡਾਂ ਦੇ ਵਿੱਚ ਦੀ ਜੰਗਲਾਂ ਦੇ ਵਿੱਚ ਹੁੰਦੇ ਹੋਏ ਮਾਛੀਵਾੜੇ ਦੇ ਛੰਭ ਦੇ ਵਿੱਚ ਪਹੁੰਚਣਗੇ। ਇੱਥੇ ਛੋਟੇ ਸਾਹਿਬਜ਼ਾਦੇ
ਕੁੰਮਾ ਮਾਸ਼ਕੀ ਦੇ ਘਰ ਰਹੇ ਤੇ ਅੱਜ ਦੀ ਸਵੇਰ ਗੰਗੂ ਬ੍ਰਾਹਮਣ ਦੇ ਨਾਲ ਉਹਦੇ ਪਿੰਡ ਖੇੜੀ ਪਹੁੰਚ ਗਏ ਨੇ। ਅੱਜ ਦੀ ਰਾਤ ਦੋਨਾਂ ਸਾਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਜੀ ਨੇ ਗੰਗੂ ਬ੍ਰਾਹਮਣ ਦੇ ਘਰ ਬਿਤਾਈ ਹੈਗੀ ਤੇ ਸਾਧ ਸੰਗਤ ਜੀ ਕੱਲ੍ਹ ਨੂੰ ਉਹਨੇ ਗ੍ਰਿਫਤਾਰੀਆਂ ਦਿੱਤੀਆਂ ਨੇ ਤੇ ਕੱਲ੍ਹ ਦਾ ਇਤਿਹਾਸ ਸਤਿਗੁਰਾਂ ਦੀ ਕਿਰਪਾ ਸਦਕਾ ਸੀ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਆਓ ਜੀ ਸਤਿਗੁਰਾਂ ਦੀ ਯਾਦ ਦੇ ਵਿੱਚ, ਸਤਿਗੁਰਾਂ ਦੇ ਲਾਲਾਂ ਦੀ ਯਾਦ ਦੇ ਵਿੱਚ, ਉਹਨਾਂ ਸਿੰਘਾਂ ਦੀ ਯਾਦ ਦੇ ਵਿੱਚ ਕੁਛ ਪਲ ਨੇਤਰ ਮੁੰਦ ਕੇ ਚੌਕੜੇ ਮਾਰ ਕੇ ਭਰੇ ਹੋਏ ਮਨ ਦੇ ਨਾਲ ਵਾਹਿਗੁਰੂ ਸ਼ਬਦ ਦਾ ਜਾਪ ਕਰੀਏ। ਵਾਹਿਗੁਰੂ 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 ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ।